ਪੁਰਬ ਦੀ ਆਪ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ, ਲੱਖ ਲੱਖ ਵਧਾਈ ਹੋਵੇ ਸਤਿਸੰਗਤ ਜੀਓ। ਇਹ ਬਾਲਾ ਪ੍ਰੀਤਮ ਦੇ ਆਗਮਨ ਪੁਰਬ ਦੀ ਖੁਸ਼ੀ ਵਿੱਚ ਹੀ ਦੋ ਦਿਨ ਸ਼ਾਮ ਨੂੰ 8:15 ਅਤੇ 9:15 ਤੱਕ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਖਾਲਸਾ ਅਨੰਦਪੁਰ ਸਾਹਿਬ ਵਾਲੇ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ। ਇਸ ਸਥਾਨ 'ਤੇ ਵਿਸ਼ੇਸ਼ ਤੌਰ 'ਤੇ ਜੋ ਸਾਹਿਬਾਂ ਦਾ ਆਗਮਨ ਪੁਰਬ ਮਨਾਇਆ ਜਾਣਾ ਹੈ ਉਹ ਸ਼ਨਿਚਰਵਾਰ 22 ਤਰੀਕ ਨੂੰ ਸ਼ਾਮ ਨੂੰ 7 ਵਜੇ ਤੋਂ ਲੈ ਕੇ 10 ਵਜੇ ਤੱਕ ਸਮਾਗਮ ਹੋਣਗੇ ਅਤੇ 23 ਤਰੀਕ ਐਤਵਾਰ ਸਵੇਰੇ ਅੰਮ੍ਰਿਤ ਵੇਲੇ ਜੋ ਹੈ ਨਾਮ ਸਿਮਰਨ ਸਮਾਗਮ ਹੋਏਗਾ ਸਵੇਰੇ 5:15 ਤੋਂ ਲੈ ਕੇ 6:30 ਵਜੇ ਤੱਕ। ਸਾਧ ਸੰਗਤ ਆਪ ਜੀ ਨੂੰ ਯਾਦ ਕਰਾ ਦਿਆਂ ਕਿ 2 ਜੁਲਾਈ ਨੂੰ ਜਦੋਂ ਸਵੇਰੇ ਅੰਮ੍ਰਿਤ ਸਮਾਗਮ ਹੋਇਆ ਸੀ ਨਾਮ ਸਿਮਰਨ ਸਮਾਗਮ ਜੋ ਮਨਪ੍ਰੀਤ ਸਿੰਘ ਕਾਨਪੁਰ ਜੀ ਨੇ ਸਿਮਰਨ ਸੇਵਾ ਕੀਤੀ ਸੀ 4 ਵਜੇ ਸਮਾਗਮ ਸ਼ੁਰੂ ਹੋਇਆ ਸੀ ਅਤੇ 4:05 ਇਸ ਹਾਲ ਵਿੱਚ ਪੈਰ ਰੱਖਣ ਦੀ ਜਗ੍ਹਾ ਨਹੀਂ ਸੀ। ਇਤਨੀ ਸੰਗਤ ਉਹਦਾ ਆਨੰਦ ਮਾਣਿਆ ਉਹ ਸੰਗਤ ਦੀ ਡਿਮਾਂਡ 'ਤੇ ਦੁਬਾਰਾ ਜੋ ਹੈ ਇਹ ਹੁਣ ਰੱਖਿਆ ਹੈ 23 ਤਰੀਕ ਐਤਵਾਰ ਨੂੰ ਇਹ ਸਮਾਗਮ ਰੱਖਿਆ ਗਿਆ ਹੈ 5:15 ਤੋਂ 6:30 ਵਜੇ ਤੱਕ। ਦੂਸਰੀ ਬੇਨਤੀ ਸਾਧ ਸੰਗਤ ਪਿਛਲੇ ਸਾਲ ਸਾਹਿਬਾਂ ਦੇ ਆਗਮਨ ਪੁਰਬ ਦੇ ਦਿਨ ਹੀ ਇਸ ਗੁਰਦੁਆਰਾ ਸਾਹਿਬ ਵਿਖੇ ਲੜੀਵਾਰ ਕਥਾ ਲੜੀਵਾਰ ਸਹਿਜ ਪਾਠ ਸ਼ੁਰੂ ਕੀਤਾ ਗਿਆ ਸੀ। ਉਹ ਲੜੀਵਾਰ ਆਪ ਦੀ ਸੰਗਤ ਦੇ ਸਹਿਯੋਗ ਨਾਲ ਗੁਰੂ ਮਹਾਰਾਜ ਦੀ ਬਖਸ਼ਿਸ਼ ਸਦਕਾ ਬੜੇ ਨਿਰੰਤਰ ਚੱਲ ਰਿਹਾ ਹੈ ਅਤੇ ਹੁਣ 20 ਪਾਠ ਸਹਿਜ ਪਾਠ ਇੱਕ ਸਾਲ 'ਚ ਹੋ ਚੁੱਕੇ ਹਨ। ਤਕਰੀਬਨ 18 ਦਿਨਾਂ 'ਚ ਐਵਰੇਜ ਆਈ ਸਾਹਿਬਾਂ ਨੇ ਪਾਠ ਦੀ, ਪਰ ਮੈਂ ਚਾਹੁੰਦਾ ਅਜੇ ਵੀ ਮੇਰੇ ਵੀਰ ਭੈਣ ਕਈ ਜਿਹੜੇ ਹਨ ਉਹ ਸਹਿਜ ਪਾਠ ਵਿੱਚ ਹਿੱਸਾ ਨਹੀਂ ਲੈ ਰਹੇ। ਜ਼ਰੂਰ ਆਪਣੇ ਗੁਰੂ ਨਾਲ ਗੱਲਾਂ ਕਰਿਆ ਕਰੋ ਅਤੇ ਐਵਰੇਜ ਮੈਂ ਚਾਹੁੰਦਾ ਕਿ 10 ਦਿਨ ਦੀ ਆ ਜਾਏ, 10 ਦਿਨ ਦੀ ਇੱਕ ਸਹਿਜ ਪਾਠ ਦੀ ਸਮਾਪਤੀ ਸੰਗਤ ਕਰੇ। ਇੰਨੀ ਸੰਗਤ ਹੈ ਅਤੇ ਜ਼ਰੂਰ ਇਹਦਾ ਲਾਹਾ ਲਓ, ਆਪਣੇ ਗੁਰੂ ਨਾਲ ਗੱਲਾਂ ਕਰੋ ਤਾਂ ਕਿ ਉਹਨਾਂ ਦੇ ਉਪਦੇਸ਼ ਤੁਸੀਂ ਚੱਲ ਸਕੀਏ। ਅਤੇ ਹੁਣ ਮੈਂ ਜੀ ਆਇਆਂ ਕਹਿੰਦਾ ਹਾਂ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਖਾਲਸਾ ਜੀ ਨੂੰ ਇੱਕ ਜੈਕਾਰੇ ਦੇ ਗੁਰੂ ਨਾਲ ਆਪ ਸਾਰੀ ਸੰਗਤ ਮੇਰਾ ਸਾਥ ਦੇਣਾ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ, ਵਾਹਿਗੁਰੂ 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 ਵਾਹਿਗੁਰੂ। ਖੁੱਲ੍ਹ ਕੇ ਵਾਹਿਗੁਰੂ ਜੀ ਡੰਡੋਤ ਬੰਦਨ ਅਨਕਬਾਰ। ਹੱਥ ਜੋੜੋ ਜੀ ਸਾਰੇ, ਸਿਰ ਨਵਾਓ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਪਿਤਾ ਜੀ ਅੱਗੇ, ਸਿਰ ਨਵਾ ਕੇ ਸਾਰੇ ਪੜੋ। ਡੰਡੋਤ ਬੰਦਨ ਅਨਕਬਾਰ, ਸਰਬ ਕਲਾ ਸਮਰੱਥ ਗੁਰੂ ਗ੍ਰੰਥ ਸਾਹਿਬ ਪਿਤਾ ਜੀ, ਸਰਬ ਕਲਾ ਸਮਰੱਥ, ਡੋਲਣ ਤੇ ਰੱਖ ਹੋ ਪ੍ਰਭੂ ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਹੱਥ, ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾਵਾਰਾ, ਅਗਮ ਅਗੋਚਰ ਸੱਚ ਸਾਹਿਬ ਮੇਰਾ, ਨਾਨਕ ਬੋਲੇ ਬੁਲਾਇਆ ਤੇਰਾ, ਨਾਨਕ ਬੋਲੇ ਬੁਲਾਇਆ ਤੇਰਾ, ਮ੍ਰਿਤਕ ਕਉ ਜਿਵਾਲਣ ਹਾਰ, ਭੁੱਖੇ ਕਉ ਦੇਵਤ ਆਧਾਰ, ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲੈਣਾ ਪਾਏ,
सब किश तिसका ओ करने जोग तिस बिन दूसर हुआ न होग जप जन सदा सदा दिन रहनी सब ते ऊच निर्मल ए करनी कर कृपा जिसको नाम दिया धन गुरु ग्रंथ साहिब पिता जी ने कर कृपा जिसको नाम दिया नानक सो जन निर्मल थिया नानक सो जन निर्मल थिया वाहिगुरु जी का खालसा वाहिगुरु जी की फतेह गजवज के आखो जी वाहिगुरु जी का खालसा वाहिगुरु जी की फतेह अपना नाम जपावो अपना नाम जपावो अपना देहो अपना नाम देहो अपना नाम देहो आहा हो आया दूरों चल के हो आया दूरों चल के हो अपना नाम जपावो अपना नाम जपावो अपना पूरे गुरु दी वडियाई धन गुरु ग्रंथ साहब दे विच बड़ी थां दर्ज है आखो वाहिगुरु एक भजन पंजवें पिता ने सोठ राग विच पूरे गुरु की वडियाई का किया पूरे गुरु की वडियाई का पूरे गुर की देख वडाई आउंदी बाणी किसे नूं ए आउंदी हां कोई नहीं बड़ी भागां वाली है जे तेनूं ए तुक आउंदी है ते इस जगत विच सब तो वड्डा अमीर आ जिहनूं बाणी आउंदी बाणी पैसिआं वाला अमीर नहीं गा आखो वाहिगुरु फिर बोलो एक बार जिहनूं की आउंदी आ सतगुरु दा खजाना प्यो दादे का एक खजाना है ना पैसा तो नहीं ना पैसा तुहाडी शरीरक लोड़ आ बाणी तुहाडी आत्मक खुराक आ पैसा कमा के कोई सफल नहीं हो सकता आखो वाहिगुरु थोड़ी जी घट थोड़ी ना मात्र घट करो बार मैं एक वचन कहा जे पैसा कमा के कोई सफल नहीं हो सकता सफल की सफल 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 पई यात्रा बोलो जरा सफल यात्रा केड़ी हेमकुंड साहब दी आ जड़ी मनुखा देह च यात्रा ते आई है जीव आत्मा हाजिर रहो सुनियो मैनू थोड़ा जो शोर शर सता रहा शिमलों आया उत्थे कोई पक्खा नहीं चलता तां करके माइंड दी वह सैटिंग होई हाजिर हो तुसीं इधर वेखो ये मनुखा दे च जीव आत्मा यात्रा आई है यात्रा करन ते इहदा जिक्र भी गुरबाणी च कीता है भी सफल 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 पई यात्रा वो यात्रा किदन सफल हुंदी है गुरबाणी च लिखिया जिदन आवन जान रहे जिदन आना जाना मुक जाए इहदा जम्मन मरन मुक जाए समझ लो इहदी ज्यों जल में जल त्यों ज्योति संग बस्त माहे ले त
ਤਾਂ ਕੋ ਭਿੰਨ ਨਾ ਕਹਿਣਾ ਜਾਈ, ਜਿਦਣੇ ਉਹਦਾ ਰੂਪ ਹੋ ਕੇ ਉਹਦੇ ਵਿੱਚ ਅਭੇਦ ਹੋ ਜਾਂਦੀ। ਸ਼ਾਬਾਸ਼, ਜਿੰਦੇ ਰਹੋ ਜਿੰਦੇ ਰਹੋ। ਆਖੋ ਵਾਹਿਗੁਰੂ। ਪਕੜ ਰਹੇ ਹੋ ਜੀ ਆ ਪੀਲੀ ਪੱਗ ਵਾਲੇ ਪਿੱਛੇ ਪਕੜ ਰਹੇ ਹੋ। ਜਿੱਦਣ ਇਹ ਯਾਤਰਾ ਕਰਦੀ ਕਰਦੀ ਆਪਣੇ ਮੰਜ਼ਿਲ 'ਤੇ ਪਹੁੰਚ ਜਾਂਦੀ ਆ, ਇਹਦੀ ਮੰਜ਼ਿਲ ਆ ਜੀਵ ਆਤਮਾ ਦੀ ਪਰਮੇਸ਼ਵਰ ਨਾਲ ਇੱਕ ਮਿਕ ਹੋਣਾ। ਇਹਦੇ ਤੋਂ ਥੱਲੇ ਦੀ ਕੋਈ ਯਾਤਰਾ ਨਹੀਂ, ਇਹਦੇ ਤੋਂ ਥੱਲੇ ਇਹਦਾ ਕੋਈ ਪੜਾਅ ਨਹੀਂ। ਜਿੱਦਣ ਗੁਰੂ ਮਿਲਦਾ ਹੈ ਨਾ, ਭੱਟ ਨੇ ਲਿਖਿਆ ਸੋ ਕਹੋ ਟਲ ਗੁਰ ਸੇਵੀਐ ਐਨ ਸਹਿਜ ਸਿਪਾਹੇ। ਯਾਤਰਾ ਪੂਰੀ ਹੋਣ ਲੱਗੀ ਜੇ ਦਰਸ਼ਨ ਪਰਸੀਐ ਗੁਰੂ ਕਹਿ ਕੀ ਹੁੰਦਾ ਹੈ। ਜਿੱਦਣ ਇਹਦਾ ਜੰਮਣ ਮਰਨ ਦਾ ਦੁੱਖ ਕੱਟਿਆ ਜਾਂਦਾ, ਸਮਝ ਲਓ ਇਸ ਜਿੰਦ ਦੀ ਯਾਤਰਾ ਪੂਰੀ ਹੋ ਗਈ। ਆਖੋ ਵਾਹਿਗੁਰੂ। ਸਫਲ 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 ਭਈ ਯਾਤਰਾ, ਇਸ ਜਿੰਦ ਦੀ ਯਾਤਰਾ ਉਦਣ ਸਫਲ ਹੁੰਦੀ ਜਿੱਦਣ ਆਵਣ ਜਾਣ ਰਹੇ। ਜਰਾ ਬੋਲੋ ਉੱਚੀ, ਆਉਣਾ ਜਾਣਾ ਇਹਦਾ ਮਾਈ ਮੇਰੋ ਆਵਣ ਜਾਣ ਰਹਿਓ, ਮਾਈ ਮੇਰੋ। ਜਿੱਦਣ ਇਹਦਾ ਆਉਣਾ ਜਾਣਾ ਮੁੱਕਦਾ ਹੈ, ਆਖਿਆ ਜੀ ਉਦਣ ਕੌਣ ਮਿਲਦਾ ਹੈ। ਆਖੋ ਵਾਹਿਗੁਰੂ। ਜਿੱਦਣ ਇਹਦੀ ਯਾਤਰਾ ਪੂਰੀ ਹੁੰਦੀ, ਇਹਨੂੰ ਕੌਣ ਇਤਰਾ ਹੱਥ ਕਰਕੇ ਕਹਿੰਦਾ ਹੁਣ ਅੱਗੇ ਨਹੀਂ ਜਾਏਂਗੇ। ਧਿਆਨ ਦਿਓ, ਕੌਣ ਹੈ ਜਿਹਨੇ ਅੱਗੇ ਹੱਥ ਕੀਤਾ ਵੀ ਹੁਣ ਤੈਨੂੰ ਅੱਗੇ ਜਾਣ ਦੀ ਜ਼ਰੂਰਤ ਨਹੀਂ। ਆਵਣ ਜਾਣ ਰਹੇ ਮਿਲੇ ਸਾਧਾ, ਮਿਲੇ ਸਾਧਾ ਮਿੰਜ ਸਾਧੂ ਮਿਲਿਆ ਗੁਰੂ ਦੇ ਰੂਪ 'ਚ। ਪਤਾ ਨਹੀਂ ਲੱਗਾ, ਜਿੱਦਣ ਇਹਨੂੰ ਗੁਰੂ ਮਿਲ ਗਿਆ ਨਾ ਮਨੁੱਖਾ ਦੇ 'ਚ, ਉਹਨੇ ਇਹਨੂੰ ਕਹਿ ਦੇਣਾ ਉਦਣ ਤੋਂ ਵੀ ਹੁਣ ਤੈਨੂੰ ਅੱਗੇ ਕਿਤੇ ਜਾਣ ਦੀ, ਉੱਚੀ ਬੋਲੋ, ਹੁਣ ਨਹੀਂ ਜ਼ਰੂਰਤ। ਨਦੀ ਨੂੰ ਸਮੁੰਦਰ ਮਿਲ ਗਿਆ, ਧਿਆਨ ਦਿਓ ਜੀ, ਨਦੀ ਨੂੰ ਅਤੇ ਸਮੁੰਦਰ ਤੋਂ ਅੱਗੇ ਨਦੀ ਦੀ ਕੋਈ ਯਾਤਰਾ ਨਹੀਂ। ਜਿੰਦ ਦੀ ਗੁਰੂ ਤੋਂ ਅੱਗੇ ਕੋਈ ਯਾਤਰਾ ਨਹੀਂ। ਇਹ ਜੰਮਣ ਮਰਨ ਉਨ੍ਹਾਂ ਚਿਰ ਵਿਚਾਰੀ ਕੱਟਦੀ ਜਿੰਨਾ ਚਿਰ ਉਹਨੂੰ ਗੁਰੂ ਨਹੀਂ ਮਿਲਿਆ। ਆਖੋ ਵਾਹਿਗੁਰੂ। ਗੁਰੂ ਮਿਲ ਗਿਆ ਅਤੇ ਗੁਰੂ ਨੇ ਇਹਨੂੰ ਆਖਿਆ ਬਸ ਤੇਰੀ ਯਾਤਰਾ ਸਫਲ ਹੋ ਗਈ। ਗੁਰਬਾਣੀ ਗਾਵਹੈ ਭਾਈ ਉਹ ਸਫਲ ਸਦਾ ਸੁਖਦਾਈ। ਮੈਂ ਇਹ ਬਚਨ ਕਰ ਰਿਹਾ ਸਾਂ ਆਪ ਜੀ ਨਾਲ ਵੀ ਇਹਦੀ ਯਾਤਰਾ ਉਦਣ ਸਫਲ ਹੁੰਦੀ ਆ। ਪਹਿਲੋਂ ਬਚਨ ਕੀਤੇ ਨੇ ਵੀ ਗੁਰਬਾਣੀ ਤੁਹਾਡੇ ਕੋਲ ਹੋਊਗੀ ਅਤੇ ਤੁਸੀਂ ਅਮੀਰ ਹੋ। ਹਾਜ਼ਰ ਜੇ ਇੱਕ ਵਾਰ ਤੁਸੀਂ ਬੋਲੋਗੇ ਸਾਰੇ ਰਸਨਾਂ ਤੋਂ, ਜੇ ਤੁਹਾਡੇ ਕੋਲ ਕੀ ਹੋਊ, ਜੇ ਗੁਰਬਾਣੀ ਹੋਊ ਤਾਂ ਤੁਹਾਡੇ ਬੱਚੇ ਬਚਣਗੇ। ਤੁਸੀਂ ਇਹ ਨਾ ਕਹਿਣਾ ਗੁਰੂ ਨਾਨਕ ਦੇ ਘਰ 'ਚ ਵੀ ਸਾਡੇ ਕੋਲ ਪੈਸੇ ਹੋਣਗੇ ਅਤੇ ਸਾਡੇ ਬੱਚੇ ਵੀ ਬਚਣਗੇ, ਇਹ ਬਚਨ ਨਾ ਬੋਲਣਾ ਗੁਰੂ ਨਾਨਕ ਦੇ ਘਰ 'ਚ। ਇਹਨਾਂ ਪੈਸਿਆਂ ਨੇ ਜੋ ਰੰਗ ਵਿਖਾਏ ਨੇ ਦੁਨੀਆ ਨੂੰ। ਕੱਲ੍ਹ ਕਿ ਪਰਸੋਂ 16 ਤਰੀਕ ਨੂੰ ਭਾਈ ਤਾਰੂ ਸਿੰਘ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਇਆ। ਹਾਜ਼ਰ ਜੇ ਭਾਈ ਤਾਰੂ ਸਿੰਘ ਸਾਹਿਬ ਦਾ, ਹੁਣ ਭਾਈ ਤਾਰੂ ਸਿੰਘ ਇੱਕ ਆਮ ਗਰੀਬ ਘਰਾਣੇ ਦੇ ਵਿੱਚੋਂ ਆ, ਉਹਦੇ ਕੋਲ ਕੋਈ ਪੈਸੇ ਨਹੀਂ, ਮਗਰ ਸਿੱਖੀ ਨਾਲ ਇੰਨਾ ਪਿਆਰ। ਅਰਦਾਸ ਦੇ ਬੋਲ ਸੀ, ਇਹ ਨਹੀਂ ਕਿਹਾ ਮੇਰੀ ਜਾਨ ਬਖਸ਼ ਦੇ, ਕਲਗੀਧਰ ਪਾਤਸ਼ਾਹ ਨੂੰ ਕਹਿ ਸਕਦਾ ਸੀ। ਇੰਨਾ ਪਿਆਰ ਵਾਲਾ ਕਿਰਤੀ ਸਿੱਖ ਗੁਰੂ ਗੋਬਿੰਦ ਸਿੰਘ ਸਾਹਿਬ ਅੱਗੇ ਅਰਦਾਸ ਕਰ ਸਕਦਾ ਸੀ, ਹੇ ਕਲਗੀਆਂ ਵਾਲਿਆ ਪਾਤਸ਼ਾਹ ਮੇਰੀ ਜਾਨ ਬਚਾ ਲਾ ਇਹਨਾਂ ਜਲਾਦਾਂ ਕੋਲੋਂ। ਉੱਥੇ ਆਖਿਆ ਕਿ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ, ਤੁਹਾਡਾ ਪਿਆਰਾ ਸਿੱਖ, ਤੁਹਾਡਾ ਨਿਮਾਣਾ ਸਿੱਖ ਤੁਹਾਡੇ ਅੱਗੇ ਅਰਦਾਸ ਕਰਦਾ, ਮੇਰੀ ਸਿੱਖੀ ਕੇਸਾਂ, ਉੱਚੀ ਬੋਲੋ ਕੇਸਾਂ, ਇਹ ਅਰਦਾਸ ਤੁਹਾਡੇ ਅੰਦਰ ਉਦੋਂ ਉੱਠੂਗੀ ਜਦੋਂ ਤੁਹਾਡੇ ਕੋਲ ਪੈਸੇ ਨਹੀਂ ਹੋਣਗੇ। ਸਿੱਖੀ ਹੋ, ਪੈਸਾ ਸਿੱਖੀ ਤੋਂ ਦੂਰ ਖੜਦਾ ਹੈ। ਆਖੋ ਵਾਹਿਗੁਰੂ। ਜਿਨ੍ਹਾਂ ਜਿਨ੍ਹਾਂ ਦੇ ਘਰਾਂ 'ਚ ਆਈਆਂ ਪੈਸੇ ਆਏ, ਦੌਲਤਾਂ ਆਈਆਂ, ਉਹਨਾਂ ਦੇ ਬੱਚਿਆਂ ਨੇ ਸਿਰਾਂ ਤੋਂ ਦੁਮਾਲੇ ਲਾ ਤੇ, ਟੋਪੀਆਂ ਪਾ ਲਈਆਂ, ਪਾਈਆਂ ਕਿ ਨਹੀਂ, ਬੋਲੋ ਨਾ ਇੱਕ ਵਾਰ। ਅਸਾਂ ਉੱਥੇ ਆਉਣਾ ਗੁਰਬਾਣੀ ਦੇ ਉੱਤੇ ਵੀ ਗੁਰਬਾਣੀ ਜੀਵਨ ਸਫਲ ਕਰਦੀ। ਟੋਪੀਆਂ ਪੈ ਗਈਆਂ, ਕੰਨਾਂ 'ਚ ਮੁੰਦਰਾਂ ਪੈ ਗਈਆਂ, ਧੀਆਂ ਦਿਆਂ ਜੀਨਾਂ ਪੈ ਗਈਆਂ, ਕੇਸ ਖੁੱਲ੍ਹੇ ਛੱਡ ਦਿੱਤੇ। ਇਹ ਪੈਸਾ ਸਿੱਖੀ ਤੋਂ ਦੂਰ ਲੈ ਗਿਆ। ਜੇ ਤੁਹਾਡੇ ਜੀਵਨ 'ਚ ਗੁਰਬਾਣੀ ਆਊਗੀ ਤਾਂ ਤੁਹਾਡੇ ਬੱਚੇ ਗੁਰਬਾਣੀ ਅਤੇ ਧੰਨ ਗੁਰੂ ਦੇ ਕੋਲ ਆਉਣਗੇ। ਤੁਸੀਂ ਧੰਨ ਮੰਗੋ ਗਰੀਬ ਨਿਵਾਜ ਪਾਤਸ਼ਾਹ, ਮੇਰੇ ਬੱਚੇ ਗੁਰਬਾਣੀ ਕੰਠ ਕਰਨ। ਆਖੋ ਵਾਹਿਗੁਰੂ। ਕੀ ਕਰਨ ਜੀ?
ਗੁਰਬਾਣੀ ਕੰਠ ਹੋਵੇ, ਮੇਰੀ ਧੀ ਕੋਲ ਸਭ ਤੋਂ ਵੱਡਾ ਧਨ ਹੋਵੇ, ਮੇਰੀ ਧੀ ਨੂੰ ਪੰਜ ਬਾਣੀਆਂ ਆਉਂਦੀਆਂ ਹੋਣ, ਮੇਰੀ ਧੀ ਨੂੰ ਸ੍ਰੀ ਸੁਖਮਨੀ ਸਾਹਿਬ ਦਾ ਆਨੰਦ ਭਰਿਆ ਪਾਠ ਆਉਂਦਾ ਹੋਵੇ ਜਬਾਨੀ, ਆਖੋ ਵਾਹਿਗੁਰੂ। ਐਡੀ ਬੱਚੀ ਨੇ, ਐਡੀ ਬੱਚੀ ਨੇ ਮੈਨੂੰ ਸ਼ਿਮਲੇ ਉਦਣ 16 ਸਾਹਿਬ ਦੀ ਬਾਣੀ ਸੁਣਾਈ ਅਤੇ ਮੈਂ ਉਹਨੂੰ ਵਧਾਈ ਦਿੱਤੀ, ਆਖੋ ਵਾਹਿਗੁਰੂ। ਉਹਦੇ ਬਾਪ ਨੂੰ ਮੈਂ ਵਧਾਈ ਦਿੱਤੀ, ਐਡੀ ਇੱਕ ਦੀ ਝੋਲੀ ਭਰਤੀ ਉਹ ਨਹੀਂ ਪਤਾ ਲੱਗਾ, ਇਹ ਛੋਟੀ ਜਿਹੀ ਧੀ ਦੇ ਅਕਾਊਂਟ 'ਚ ਪਾਤਾ ਹੀ। ਧੰਨ ਗੁਰੂ ਨਾਨਕ ਸਾਹਿਬ ਦਾ ਉਹ ਮੰਤਰ, ਤੁਮ ਗਾਵੋ ਮੇਰੇ ਨਿਰਭਉ ਕਾ ਸੋਲਾ ਹਉ ਵਾਰੀ ਜਿਤ ਸੋਲੇ। ਨਿੱਕੀ ਜੀ ਦੀ, ਨਿੱਕੀ ਜੀ ਦੀ ਝੋਲੀ ਭਰਤੀ ਉਹ ਗੁਰਬਾਣੀ ਨਾਲ। ਆਖਰ ਤੇਰੀ ਘਰ ਵਾਲੀ ਅਤੇ ਤੂੰ ਭਾਗਾਂ ਵਾਲੇ ਹੋ ਗਏ, ਤੁਹਾਡਾ ਬਾਣੀ ਨਾਲ ਪਿਆਰ ਹੋਊ ਅਤੇ ਤੁਹਾਂ ਬੱਚੇ ਨੂੰ ਐਡੇ ਕੁ ਨੂੰ ਲੋਰੀਆਂ ਦੇ ਦੇ ਕੇ 16 ਸਾਹਿਬ ਦੀਆਂ ਪੰਜ ਪੌੜੀਆਂ। ਇੱਥੇ ਸਾਡੇ ਵਿੱਚ ਬਜ਼ੁਰਗ ਬੈਠੇ ਜਿਨ੍ਹਾਂ ਨੂੰ 16 ਸਾਹਿਬ ਨਹੀਂ ਆਉਂਦਾ, ਮੈਂ ਕੀ ਕਹਿ ਰਿਹਾ, ਬਜ਼ੁਰਗ ਬੈਠੇ ਜਿਨ੍ਹਾਂ ਨੂੰ, ਆਪਣੇ ਆਪਣੇ ਅੰਦਰ ਝਾਤੀ ਮਾਰ ਲਓ। ਐਡੀ ਬੱਚੀ ਬਿਲਕੁਲ ਤੋਤਲੀ, 16 ਸਾਹਿਬ ਦੀਆਂ ਪੰਜ ਪੌੜੀਆਂ ਸੁਣਾਈਆਂ, ਪੰਜ ਪੌੜੀਆਂ ਹੀ ਆ ਸਾਰੀਆਂ 16 ਸਾਹਿਬ ਦੀਆਂ, ਆਖੋ ਵਾਹਿਗੁਰੂ। ਅਤੇ ਸੁਣਾ ਕੇ ਮੈਂ ਉਹਦੇ ਮਾਂ ਪਿਓ ਨੂੰ, ਪਿਓ ਦੇ ਨੂੰ ਗੱਲ ਨਾ ਲਾ ਕੇ ਆਖਿਆ, ਉਹ ਗੁਰੂ ਕਿਆ ਸਿੱਖਾ, ਕਿਤੇ ਤੇਰਾ ਪਰਛਾਵਾਂ ਮੇਰੀ ਕੌਮ ਦੇ ਉੱਤੇ ਪਵੇ, ਮੇਰੀ ਕੌਮ ਦੇ ਬੱਚਿਆਂ ਨੂੰ ਬਾਣੀ ਕੰਠ ਹੋਵੇ, ਇਹਨਾਂ ਕੋਲ ਪੈਸਾ ਭਾਵੇਂ ਘੱਟ ਹੋਵੇ, ਇਹਨਾਂ ਦੇ ਘਰਾਂ 'ਚ ਨਾਮ ਅਤੇ ਗੁਰਬਾਣੀ ਦਾ ਧਨ ਹੋਵੇ, ਇਹ ਕੌਮ ਮਰਦੀ ਨਹੀਂ। ਭਾਈ ਤਾਰੂ ਸਿੰਘ ਸਾਹਿਬ ਕੋਲ ਪੈਸੇ ਨਹੀਂ ਸੀ, ਭਾਈ ਤਾਰੂ ਸਿੰਘ ਦੇ ਕੋਲ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਖਸ਼ਿਆ ਜਾਪ ਸਾਹਿਬ, ਅਤੇ ਉਹ ਕਹਿੰਦਾ ਅਸੀਂ ਤੇਰੀ ਖੋਪਰੀ ਲਾ ਦੇਣੀ ਆ। ਕਹਿੰਦਾ ਕੋਈ ਗੱਲ ਨਹੀਂ, ਖੋਪਰੀ ਉਤਾਰ ਸਕਦਾ ਹੈ, ਮੇਰੇ ਅੰਦਰੋਂ ਮੇਰੇ ਸਵਾਸਾਂ 'ਚੋਂ ਬਾਣੀ ਕਿਤਰਾਂ ਕੱਢ ਸਕਦਾ ਹੈ। ਧੰਨ ਨੇ ਉਹ ਰੂਹਾਂ ਜਿਨ੍ਹਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੰਮ੍ਰਿਤ ਬਾਣੀ ਆਉਂਦੀ, ਬਾਣੀ ਜਿਨ੍ਹਾਂ ਨੂੰ ਕੰਠ ਹੈ, ਆਖੋ ਵਾਹਿਗੁਰੂ। ਫਿਰ ਬੋਲੋ। ਅਤੇ ਕਹਾਣੀ ਇੱਥੇ ਸੀ ਵੀ ਪੂਰੇ ਗੁਰ ਕੀ ਦੇਖ ਵਡਾਈ, ਆਹ ਮੈਂ ਬੀਬੀ ਤੋਂ ਬਚਨ ਲਿਆ ਸੀ, ਇਹਨੇ ਅੱਗੇ ਬੋਲਿਆ ਸੀ ਮੇਰੇ, ਜਦੋਂ ਮੈਂ ਕਿਹਾ ਪੂਰੇ ਗੁਰ ਕੀ, ਉੱਚੀ ਬੋਲੋ ਨਾ, ਅੱਜ ਪੂਰੇ ਗੁਰੂ ਦਾ ਜਨਮ ਦਿਨ ਮਨਾ ਕੇ ਆਏ ਹੋ, ਪ੍ਰਕਾਸ਼ ਦਿਹਾੜਾ ਮਨਾ ਕੇ ਆਏ ਹੋ, ਪੂਰਾ ਗੁਰੂ ਆ ਗੁਰੂ ਹਰਕ੍ਰਿਸ਼ਨ ਸਾਹਿਬ, ਕੋਈ ਛੋਟਾ ਨਹੀਂ, ਉਮਰ ਛੋਟੀ ਮਗਰ ਹਰ ਕ੍ਰਿਤ ਵਿੱਚ ਪੂਰਾ, ਉਮਰ ਛੋਟੀ। ਭਾਈ ਆਨੰਦ ਲਾਲ ਸਾਹਿਬ ਨੇ ਆਪਣੀ ਕਲਮ ਨਾਲ ਲਿਖਿਆ, ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਹਰ ਬੰਦਾ ਤੈਨੂੰ ਜਿਹੜਾ ਬੁਲਾਊਗਾ ਉਹ ਕਹੂਗਾ ਇਹਦੀ ਉਮਰ ਛੋਟੀ ਹੈ, ਇਹ ਛੋਟੀ ਉਮਰ ਦਾ ਗੁਰੂ ਆ। ਨਹੀਂ ਪਤਾ ਲੱਗ ਰਿਹਾ ਜੀ, ਇਹ ਛੋਟੀ ਉਮਰ ਦੇ ਗੁਰੂ ਨੇ, ਮਗਰ ਮੈਂ ਆਪਣੀ ਕਲਮ ਨਾਲ ਲਿਖਦਾ ਹੈ ਤੂੰ ਸਾਰੀ ਕਾਇਨਾਤ ਨੂੰ ਬਜ਼ੁਰਗ ਗੁਰੂ ਏ। ਨਹੀਂ ਪਤਾ ਲੱਗਾ, ਬਜ਼ੁਰਗ ਬਣੇ, ਸੋਚ ਬਜ਼ੁਰਗ ਆ ਤੁਹਾਡੀ, ਤੁਹਾਡੀ ਵਿਚਾਰਧਾਰਾ ਬਜ਼ੁਰਗ ਆ। ਉਸ ਗੁਰੂ ਦਾ ਅੱਜ ਆਪ ਜੀ ਨੇ ਪੁਰਬ ਮਨਾਇਆ, ਪੂਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਕਹਿਣ। ਅੱਗੇ ਮੇਰੇ ਸਤਿਗੁਰੂ ਨੇ ਬੜੇ ਸੋਹਣੇ ਬਚਨ ਕਹੇ, ਪੂਰੇ ਗੁਰੂ ਦੀ ਕੀ ਵਡਿਆਈ ਹੈ ਜੀ, ਸੁਣ ਰਹੇ ਹੋ ਸਾਰੇ ਗੁਰਸਿੱਖੋ, ਮੇਰਾ ਪੂਰਾ ਗੁਰੂ ਇੰਨੀ ਪਾਵਰ ਦਾ ਮਾਲਕ, ਕੋਈ ਬੰਦਾ ਮਰ ਗਿਆ ਹੋਵੇ ਨਾ ਬੰਦਾ, ਤਰਕੀ ਲੋਕ ਕਹਿਣਗੇ ਇਹ ਨਹੀਂ, ਇਹੋ ਹੀ ਕੁਝ ਲਿਖਿਆ ਹੈ। ਆ ਭਾਈ ਸਾਹਿਬ ਨੂੰ ਪੁੱਛੋ, ਮ੍ਰਿਤਕ ਕੋ ਪਾਇਓ ਤਨ ਵਿੱਚ, ਤਨ ਵਿੱਚ ਸਵਾਸ, ਬੰਦਾ ਮਰ ਗਿਆ ਹੋਵੇ ਨਾ ਅਤੇ ਮੇਰੇ ਗੁਰੂ ਦੀ ਮਰਜ਼ੀ ਹੋਵੇ ਅਤੇ ਉਹਦੇ ਮਰੇ 'ਚ ਵੀ ਸਵਾਸ ਪਾ ਦੇ। ਮੈਂ ਨਹੀਂ ਜੇ ਕਹਿ ਰਿਹਾ, ਪੰਜਵੇਂ ਪਾਤਸ਼ਾਹ ਜੀ ਕਹਿ ਰਹੇ, ਮ੍ਰਿਤਕ ਕੋ ਪਾਇਓ ਤਨ ਵਿੱਚ, ਪਕੜ ਰਹੇ ਹੋ ਮੈਂ ਕੀ ਕਹਿਣਾ ਚਾਹੁੰਦਾ। ਲੋਕੀ ਕਹਿੰਦੇ ਨਹੀਂ ਜੀ ਉਹ ਤਨ ਵਿੱਚ ਨਹੀਂ ਪਾ ਸਕਦਾ, ਮਰੇ ਨੂੰ ਕੌਣ ਜਿੰਦਾ ਕਰ ਸਕਦਾ। ਮੇਰੇ ਗੁਰੂ 'ਚ ਇਹ ਬਚਨ ਲਿਖੇ ਨੇ, ਇੰਨੀ ਵਡਿਆਈ ਹੈ ਜੇ ਬੰਦਾ ਮਰ ਗਿਆ ਹੋਵੇ ਨਾ, ਗੁਰੂ ਚਾਹਵੇ ਤੇ ਮਰੇ ਦੇ ਸਰੀਰ 'ਚ ਸਵਾਸ ਪਾ ਦੇ। ਆ ਸੁਣੋ ਸੁਣੋ, ਮ੍ਰਿਤਕ ਕੋ ਪਾਇਓ ਤਨ ਸਾਸਾ, ਇਹਦਾ ਅਰਥ ਕਰੋ ਹਾਂ, ਭਲਾ ਕੀ ਅਰਥ ਬਣਦਾ ਤੁਸੀਂ ਦੱਸੋ। ਗੁਰੂ ਕੇ ਸਿੱਖੋ ਬੋਲੋ, ਵਾਰਸ ਬੈਠੇ ਹੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ, ਬੋਲੋ ਇਹਦਾ ਕੀ ਅਰਥ ਬਣਦਾ, ਬੋਲੋ ਕਿ ਮਰੇ ਹੋਏ ਦੇ ਸਰੀਰ 'ਚ ਮੇਰਾ ਗੁਰੂ ਪਾ ਕੇ ਤੇ ਜਿੰਦਾ ਕਰ ਸਕਦਾ ਹੈ। ਮ੍ਰਿਤਕ ਕਹੋ ਪਾਇਓ ਤਨ ਸਾਸਾ, ਐਸੇ ਗੁਰੂ ਦੀ ਤਸਵੀਰ ਬਣਾਓ, ਹਾਂ ਗੁਰਵੱਡ ਭਾਗੀ ਪਾਇਆ, ਐਸਾ ਗੁਰਵੱਡ ਭਾਗੀ ਪਾਇਆ, ਗੁਰ ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ
ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਸ੍ਰੀ ਹਰ ਕ੍ਰਿਸ਼ਨ ਧਿਆਈਐ, ਸ੍ਰੀ ਹਰ ਕ੍ਰਿਸ਼ਨ ਧਿਆਈਐ, ਪਾਵਰ ਬੜੀ ਲਿਖੀ। ਲੋਕੀ ਵੈਦ ਕੋਲ ਜਾਂਦੇ, ਆਖੋ ਵਾਹਿਗੁਰੂ। ਦੁਨੀਆ ਭਰ ਦੇ ਲੋਕੀ ਬਿਮਾਰ ਜਿਹੜੇ ਵੈਦ ਡਾਕਟਰ ਕੋਲ ਜਾਂਦੇ, ਉਹਦੇ ਕੋਲੋਂ ਕੀ ਲੈਂਦੇ ਨੇ? ਇੱਥੇ ਲਿਖ ਦਿੱਤੀ ਸਿਫਤ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਤੇਰੇ ਕੋਲੋਂ ਦਵਾਈ ਲੈਣ ਦੀ ਜ਼ਰੂਰਤ ਨਹੀਂ। ਤੁਸੀਂ ਪਕੜੀ ਨਹੀਂ ਅਜੇ ਗੱਲ? ਤੇਰੇ ਕੋਲੋਂ ਗਰੀਬ ਨਵਾਜ ਜਿਹੜਾ ਤੇਰੇ ਮੱਥੇ ਹੀ ਲੱਗਾ ਨਾ, ਮੱਥੇ ਹੀ ਲੱਗਾ, ਜਿਸ ਡਿੱਠੇ ਨਹੀਂ ਪਤਾ ਲੱਗਾ, ਦਵਾਈ ਨਹੀਂ ਤੇਰੇ ਕੋਲੋਂ ਅਜੇ ਲਈ, ਤੇਰੇ ਮੱਥੇ ਜਿਸ ਡਿੱਠੇ, ਡਿੱਠੇ ਮੀਨ ਤੇਰੇ ਮੱਥੇ ਲੱਗਿਆ ਹੀ ਜਿੰਦ ਦੇ ਸਾਰੇ ਦੁੱਖ ਦੂਰ ਹੋ ਗਏ। ਐਵੇਂ ਨਹੀਂ ਬੰਗਲਾ ਸਾਹਿਬ ਰੌਣਕਾਂ ਲੱਗਦੀਆਂ, ਇੱਥੋਂ ਭਰਨ ਵਾਲਿਆਂ ਦੀਆਂ ਝੋਲੀਆਂ ਬੜੀਆਂ ਭਰਦੀਆਂ ਨੇ। ਉਹ ਗੁਰੂ ਕਿਉਂ ਸਿੱਖੋ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਦਾ, ਜੈ ਭੰਡਾਰ ਗੋਬਿੰਦ ਕਾ ਖੁੱਲਿਆ, ਜੈ ਇੱਥੇ ਭੰਡਾਰੇ ਖੁੱਲੇ ਨੇ, ਝੋਲੀਆਂ ਭਰਨ ਵਾਲੇ ਗੈਰ ਹਾਜ਼ਰ ਹੋ ਗਏ, ਇਹ ਤਰੱਕੀ ਹੋ ਗਏ। ਆਖੋ ਵਾਹਿਗੁਰੂ। ਜਿਨ੍ਹਾਂ ਜਿਨ੍ਹਾਂ ਦੀਆਂ ਭਰੀਆਂ ਨੇ ਮੇਰੇ ਗੁਰੂ ਨਾਨਕ ਦੇ ਘਰੋਂ ਝੋਲੀਆਂ, ਉਹਨਾਂ ਨੂੰ ਪਤਾ ਹੈ ਮੇਰਾ ਬਾਲਾ ਪ੍ਰੀਤਮ ਪਾਤਸ਼ਾਹ ਕਿੰਨੀ ਪਾਵਰ ਦਾ ਮਾਲਕ ਆ। ਮ੍ਰਿਤਕ ਕਹੋ ਪਾਇਓ ਤਨ ਸਾਸਾ ਵਿਸ਼ਰਤ, ਆਣ ਮਿਲਾਇਆ ਜਨਮਾਂ ਤੋਂ ਵਿਛੜੀ ਹੋਈ ਜਿੰਦ ਨੂੰ ਆਣ ਕੇ ਮਿਲਾ ਦਿੱਤਾ ਉਸ ਮਾਲਕ ਨਾਲ ਜਿੱਥੋਂ ਜਨਮਾਂ ਤੋਂ ਵਿਛੜੀ ਸੀ। ਕਿੱਥੋਂ ਵਿਛੜੀ ਸੀ? ਜਿਤਨਾ ਨਦੀ ਆਖੋ ਵਾਹਿਗੁਰੂ, ਕਿੱਥੋਂ ਵਿਛੜੀ ਆ? ਸਮੁੰਦਰ ਵਿੱਚੋਂ ਵਿਛੜੀ, ਲਹਿਰਾਂ ਬਣੀਆਂ, ਲਹਿਰਾਂ ਬਣ ਕੇ ਭਾਫ਼ ਬਣ ਗਈ, ਭਾਫ਼ ਬਣ ਕੇ ਬੱਦਲ ਜਦੋਂ ਬਣ ਕੇ ਵਰੀ, ਉਹ ਪਹਾੜਾਂ ਦੇ ਉੱਤੇ ਜਾ ਕੇ ਵਰੀ ਤੇ ਸਮਝ ਲਓ ਉਹਦਾ ਵਿਛੋੜਾ ਪੈ ਗਿਆ, ਸਮੁੰਦਰ ਚੋਂ ਤਾਂ ਉੱਠੀ ਤੇ ਉਹਦਾ ਫਿਰ ਭੱਜੀ, ਫਿਰ ਭੱਜੀ, ਮੈਂ ਮਿਲਣਾ ਏ, ਮੈਂ ਮਿਲਣਾ ਏ। ਆਖੋ ਵਾਹਿਗੁਰੂ। ਬੜੇ ਤਰਲੇ ਪਾਏ ਬਹੁਤ ਜਨਮ, ਬੜਾ ਦੇਰ ਹੋ ਗਈ ਚਿਰ, ਤੁਹਾਡੇ ਚੋਂ ਬਾਣੀ ਆਉਂਦਾ ਚਿਰ 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 ਭਇਆ, ਤਿੰਨ ਵਾਰ ਚਿਰ ਚਿਰ ਬੋਲੋ ਬਾਣੀ ਚਿਰ। ਤੇ ਨਦੀ ਕਹਿੰਦੀ ਆਉਂਦੀ ਪਹਾੜਾਂ ਤੋਂ, ਨਾਲੇ ਭੱਜੀ ਆਉਂਦੀ ਕਲ 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 ਕਰ ਕਰਦੀ ਨੀਵੇਂ ਸਮੁੰਦਰ ਵੱਲ ਨੂੰ, ਤੇ ਨਾਲੇ ਕਹਿੰਦੀ ਵਿਰਦੀ ਚਿਰ 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 ਭਇਆ, ਬਹੁਤ ਪਿਆਸ ਲੱਗੀ ਤੇਰੇ ਦਰਸ਼ਨਾਂ ਦੀ, ਬੜੀ ਪਿਆਸ ਲੱਗੀ, ਮੈਂ ਤੈਨੂੰ ਮਿਲਣਾ ਚਾਹੁੰਦੀ ਹਾਂ। ਆਖੋ ਵਾਹਿਗੁਰੂ। ਤੁਸੀਂ ਕਦੇ ਵੇਖਿਆ ਨਦੀ ਦੇ ਅੱਗੇ ਕੋਈ ਕਿੰਨਾ ਵੱਡਾ ਬੰਨ ਮਾਰੇ, ਪਕੜ ਵੀ ਰਹੇ ਹੋ ਕਿ ਨਹੀਂ? ਅਤੇ ਨਦੀ ਦਾ ਪਾਣੀ 24 ਘੰਟੇ ਇੱਕ ਕੋਸ਼ਿਸ਼ ਵਿੱਚ ਹੁੰਦਾ, ਮੈਨੂੰ ਰਾਹ ਲੱਭੇ, ਬੋਲੋ ਨਾ ਮੈਂ ਕੀ ਕਹਿ ਰਿਹਾ, ਤੁਸੀਂ ਮਹਿਸੂਸ ਕਰਦੇ ਹੋ? ਨਦੀ ਦੇ ਅੱਗੇ ਬੰਨ ਮਾਰ ਦਈਏ ਅਤੇ ਨਦੀ ਦਾ ਪਾਣੀ ਕਿਤੇ ਨਾ ਕਿਤੇ ਛੇਦ ਲੱਭਦਾ ਰਹਿੰਦਾ ਵੀ ਮੈਨੂੰ ਜਗ੍ਹਾ ਮਿਲੇ ਅਤੇ ਮੈਂ ਇਹ ਬੰਨ ਸਾਰੇ ਤੋੜ ਕੇ ਆਪਣੇ ਮੂਲ ਤੱਕ ਪਹੁੰਚਾਂ। ਆਪਣੇ ਉਹਦਾ ਮੂਲ ਕੀ ਹੈ? ਸਮੁੰਦਰ, ਉਹਦਾ ਮੁੱਢ, ਉਹਦਾ ਮੂਲ। ਵੈਸੇ ਇੱਕ ਗੱਲ ਨੋਟ ਕਰਿਓ, ਆਖੋ ਵਾਹਿਗੁਰੂ। ਗੁਰੂ ਕਿਉਂ ਸਿੱਖੋ, ਇੱਥੇ ਤੁਹਾਡੇ ਕੋਲ ਇੱਕ ਨਦੀ ਵਗਦੀ ਹਾਜ਼ਰ ਜੇ, ਕੀ ਕਿਹੜੀ ਨਦੀ ਹੈ ਦਿੱਲੀ ਦੇ ਵਿੱਚੋਂ ਦੀ ਲੰਘਦੀ? ਉੱਚੀ ਬੋਲੋ, ਜਮੁਨਾ ਨਦੀ। ਇੱਥੇ ਆਣ ਕੇ ਰੁਕ ਗਏ, ਰੁਕ ਗਈ, ਵਹਾਓ ਬੰਦ ਹੋ ਗਿਆ। ਜਿਤਨਾ ਪਟਨਾ ਸਾਹਿਬ ਤੋਂ ਆਉਂਦੀ ਉਸ ਤਰ੍ਹਾਂ ਦੀ ਇੱਥੇ ਨਹੀਂ ਗਈ। ਆਖੋ ਵਾਹਿਗੁਰੂ। ਪਕੜ ਰਹੇ ਹੋ ਬਚਨ ਨੂੰ? ਜਿਤਨਾ ਸਾਫ਼ ਸੁਥਰੀ ਆਉਂਦੀ ਅਤੇ ਤੁਰੀ ਆਉਂਦੀ, ਇਤਨਾ ਇਤਨਾ ਕਰਦੀ ਪਹਿਲਾਂ ਪਾਉਂਦੀ, ਇੱਥੇ ਨਹੀਂ ਤੁਰੀ। ਆ ਪਰਮਜੀਤ ਸਿੰਘ ਕੋ ਮੇਰੇ ਵੱਲ ਵੇਖਣਾ, ਇੱਧਰ ਉੱਧਰ ਨਹੀਂ ਵੇਖਣਾ, ਇੱਧਰ ਵੇਖੋ। ਆਖੋ ਵਾਹਿਗੁਰੂ। ਉੱਥੇ ਕੱਲ ਕੱਲ ਕਰਦੀ ਕਰਦੀ ਆਉਂਦੀ, ਭੱਜੀ ਆਉਂਦੀ ਅਤੇ ਉੱਥੇ ਇਤਨਾ 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 ਕਰਦੀ ਨੂੰ ਕਿਸੇ ਨੇ ਆਖਿਆ ਆਹ ਪ੍ਰੀਤੀ ਹੋਵੇ ਅਤੇ ਤੇਰੇ ਵਰਗੀ, ਕੀ ਆਖਿਆ? ਨਹੀਂ ਕਮਲੀਏ, ਇੰਨੀਆਂ ਪਹਿਲਾਂ ਪਾਉਂਦੀ ਜਾਂਦੀ ਹੈ ਆਪਣੇ ਮੂਲ ਵੱਲ ਨੂੰ, ਇੰਨਾ ਚਾਹ ਏ ਤੈਨੂੰ ਮਿਲਣ ਦਾ। ਨਹੀਂ ਪਤਾ ਲੱਗਾ ਨਦੀ ਨੂੰ ਆਖਿਆ ਵੀ ਤੈਨੂੰ ਆਪਣੇ ਮੂਲ ਨੂੰ ਮਿਲਣ ਦਾ
ਇੰਨਾ ਚਾਹ ਹੈ। ਤੇ ਉਹਨੇ ਕਿਹਾ ਬਾਬਾ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਜਰਾ ਬੋਲੋ, ਜਿਨ੍ਹਾਂ ਦੇ ਸੀਨੇ ਚ ਮਲਾਪ ਦੀ ਖਿੱਚ ਪੈ ਗਈ ਹੋਵੇ ਉਹ ਘਰ ਆਰਾਮ ਨਹੀਂ ਬਹਿੰਦੇ, ਉਹ ਅੱਠ ਅੱਠ ਵਜੇ ਤੱਕ ਸੌਂਦੀਆਂ ਨੇਗੀਆਂ, ਉਹ ਢਾਈ ਢਾਈ ਵਜੇ ਪੌਣੇ ਤਿੰਨ ਤਿੰਨ ਵਜੇ ਉੱਠ ਕੇ ਕੇਸਾਂ ਚ ਜਲ ਪਾ ਕੇ ਵਾਹਿਗੁਰੂ 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 ਜਿਉਂਦੇ ਰਹੋ। ਇੱਕ ਮਨ ਇੱਕ ਚਿੱਤ ਹੋ ਕੇ ਜਪੋ, ਪਹੁੰਚਣਾ ਹੈ ਆਪਾਂ ਵੀ ਪਹੁੰਚਣਾ ਹੈ, ਇਹ ਆਸ ਰੱਖ ਕੇ ਜਪੋ ਵੀ ਅਸੀਂ ਵੀ ਪਹੁੰਚਣਾ ਹੈ। ਮਹਾਰਾਜ ਪਹੁੰਚਾ ਦਿਓ ਸਾਰਿਆਂ ਨੂੰ, ਵਿਛੜੀਆਂ ਨੇ ਜਨਮਾਂ ਦੀਆਂ, ਸਤਨਾਮ ਸ੍ਰੀ ਵਾਹਿਗੁਰੂ। ਪੌਂਟਾ ਸਾਹਿਬ ਉਹ ਭੱਜੀ ਆਈ, ਕੀ ਕਿਹਾ ਪੌਂਟਾ ਸਾਹਿਬੋਂ ਕਿੱਥੇ ਆਣ ਕੇ ਖਲੋ ਗਈ, ਸਾਰੇ ਦਿੱਲੀ ਖਲੋਂਦੇ ਜੇ, ਮਹਿਸੂਸ ਕਰ ਰਹੇ ਹੋ ਮੈਂ ਕੀ ਕਹਿ ਰਿਹਾ, ਸਾਰਿਆਂ ਦੀਆਂ ਲੱਤਾਂ ਦਿੱਲੀ ਫਸਦੀਆਂ ਜੇ। ਆਖੋ ਵਾਹਿਗੁਰੂ। ਜਥੇਦਾਰ ਬਘੇਲ ਸਿੰਘ ਸਾਹਿਬ, ਜਥੇਦਾਰ ਜੱਸਾ ਸਿੰਘ ਰਾਮਗੜੀਆ ਆਲੂਵਾਲੀਆ, ਨਵਾਬ ਕਪੂਰ ਸਿੰਘ ਉਹ ਵੀ ਦਿੱਲੀ ਆਏ ਸੀ, ਹਾਜ਼ਰ ਨਹੀਂ ਤੁਸੀਂ, ਇੱਧਰ ਵੇਖ ਉਹ ਵੀ ਵੇਖਿਆ, ਫਿਰ ਗੈਰ ਹਾਜ਼ਰ ਹੋ ਗਿਆ ਨਾ। ਤੁਸੀਂ ਸਮਝ ਰਹੇ ਮੈਂ ਕੀ ਕਹਿਣਾ ਚਾਹੁੰਦਾ, ਭਾਲੋ ਇਹਨੂੰ, ਤੁਸੀਂ ਪਕੜ ਰਹੇ ਹੋ ਮੈਂ ਕੀ ਕਹਿਣ ਲੱਗਾ, ਉਹ ਵੀ ਗੱਜ ਕੇ ਬੋਲੋ, ਅੰਦਰਲੀ ਸੁਰਤ ਦਾ ਪ੍ਰਵਾਹ ਨਹੀਂ ਸੀ ਨਾ ਰੁਕਿਆ, ਅੰਦਰਲੀ ਪ੍ਰਵਾਹ ਦਿੱਲੀ 'ਤੇ ਨਹੀਂ ਸੀ ਰੁਕਿਆ, ਰਾਜ ਲਿਆ ਵੀ ਸਾਡੀ ਮੰਜ਼ਿਲ ਨਹੀਂ ਹੈ, ਦਿੱਲੀ ਦਾ ਤਖ਼ਤ ਸਾਡੀ, ਸਾਡੀ ਮੰਜ਼ਿਲ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਿੱਖੀ ਹੈ, ਫਤਿਹ ਕਰਨਾ ਸੀ ਇੱਕ ਵਾਰ। ਮੇਰੇ ਗੁਰੂ ਨੇ ਕਿਹਾ ਸੀ ਦਿੱਲੀ ਤਖ਼ਤ ਪਰ ਬਹਿਗੀ ਆਪ ਗੁਰੂ ਕੀ ਫੌਜ, ਉਹ ਮੰਜ਼ਿਲ ਪੂਰੀ ਹੋ ਗਈ, ਇੱਥੇ ਰੁਕ ਜਾਣਾ ਹੈ ਨਾ ਜਿਹੜਾ, ਉਹ ਸਾਡੀ ਮੰਜ਼ਿਲ ਨਹੀਂ। ਪਤਾ ਨਹੀਂ ਤੁਸੀਂ ਪਕੜ ਰਹੇ ਹੋ ਬੱਚਨ ਨੂੰ, ਨਹੀਂ ਕਿਸੇ ਬਾਬੇ ਦੀ ਕਹਾਣੀ ਸੁਣਾਵਾਂ, ਸ਼ਬਦ ਵਿੱਚ ਉਤਰੋ, ਸ਼ਬਦ ਵਿੱਚ ਉਤਰੋ, ਇਹ ਪੂਰੇ ਗੁਰੂ ਦੀ ਵਡਿਆਈ ਆ। ਆਖੋ ਵਾਹਿਗੁਰੂ। ਬਿਸ਼ਰਤ ਆਣ ਮਲਾਇਆ, ਬਿਸ਼ਰਤ ਆਣ ਮਲਾਇਆ, ਉਹਨਾਂ ਆਖਿਆ ਇਹ ਸਾਡੀ ਮੰਜ਼ਿਲ ਨਹੀਂ ਸੀ, ਅਸੀਂ ਇੱਥੇ ਰੁਕੀਏ ਕਿਉਂ, ਕਿਹਨਾਂ ਨੇ ਕਿਹਾ, ਜਥੇਦਾਰ ਬਘੇਲ ਸਿੰਘ ਸਾਹਿਬ ਨੇ, ਜੱਸਾ ਸਿੰਘ ਰਾਮਗੜੀਏ ਨੇ, ਜੱਸਾ ਸਿੰਘ ਆਲੂਵਾਲੀਏ ਨੇ, ਨਵਾਬ ਕਪੂਰ ਸਿੰਘ ਹੁਣਾਂ ਕਿਹਾ ਇਹ ਤਖ਼ਤ ਸਾਡੀ ਮੰਜ਼ਿਲ ਨਹੀਂ ਗੀ, ਸਾਡੀ ਮੰਜ਼ਿਲ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਖੁਸ਼ੀ, ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਸੀਸਾਂ ਲੈਣੀਆਂ, ਇਹ ਫਤਿਹ ਕਰਕੇ ਘੋੜਿਆਂ 'ਤੇ ਚੜ੍ਹ ਕੇ ਰਾਜ ਫਤਿਹ ਕਰਕੇ ਅੱਗੇ ਦੌੜੇ। ਅੱਜ ਦਾ ਸਿੱਖ ਇੱਥੇ ਲੱਤਾਂ ਸਾਹਿਬ ਬੈਠਾ, MLA ਬਣ ਜਾਓ, ਫਿਰ ਟਿੱਕੇ ਲਵਾਓ, ਫਿਰ ਮੌਲੀਆਂ ਬੰਨੋ। ਆਖੋ ਵਾਹਿਗੁਰੂ। ਕੋਈ ਪਕੜ ਰਹੇ ਹੋ, ਪਕੜ ਰਹੇ ਹੋ, ਫਿਰ ਕੀ ਸਿੱਖ ਦੇ ਹੱਥ 'ਚ ਮੌਲੀ ਬੰਨਣੀ ਚਾਹੀਦੀ, ਗੁਰੂ ਕਿਉਂ ਸਿੱਖੋ, ਮਜ਼ਾਕ ਨਾ ਬਣਾਓ ਸਿੱਖੀ ਦਾ ਮਜ਼ਾਕ, ਇਸ ਮਜ਼ਾਕ ਦਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਪੁੱਤਰਾਂ ਦੇ ਦਾਨੀ ਨੂੰ ਲੇਖਾ ਦੇਣਾ ਪੈਣਾ ਹੈ। ਤੁਸੀਂ ਸੋਚਦੇ ਸਾਨੂੰ ਕੌਣ ਪੁੱਛਣ ਵਾਲਾ ਹੈ ਜੀ, ਪੁੱਛਣ ਵਾਲਾ ਇੱਕ ਬੈਠਾ, ਸਾਹਿਬ ਲੇਖਾ ਮੰਗ ਸੀ, ਉੱਚੀ ਬੋਲੋ, ਲਿਖਿਆ ਜੀ ਇਸ ਤਰ੍ਹਾਂ, ਸਾਹਿਬ ਦੁਨੀਆਂ ਦੇਖ ਨਾ ਭੂਲ, ਇਹ ਦੁਨੀਆਂ ਦੇ ਤਖ਼ਤ ਦੁਨੀਆਂ ਦੀਆਂ ਪਦਵੀਆਂ ਵੇਖ ਕੇ ਬੰਦਿਆ ਭੁੱਲੀ ਨਾ,
मेरे साहब आलम पातशाह ने लेखा लेना है, हथा च मौलियां पत्थर दियां मुंदरियां ते इत्थे टिक्के ला ले, ये सिख दा कर्म सी। रुक गई ना फिर आके जमना, रुक गई ना दिल्ली च। आखो वाहिगुरु, इस दिल्ली ने बड़े बर्बाद किए ने। इस दिल्ली ने जिथे राज की गद्दी चार दिन की दिती, उत्थे एक चीज खोली, जिन्हों गद्दी दिती ना तीओ सुन रहे हो, जिन्हों उहदे कोलों सिखी खोली, महसूस कर रहे हो, उहदे कोलों सिख हो के ना कोई इत्थे राज कर सकिया। ते उन्हें कहा मेरी सिखी केसां सवासा नाल निभे, उन्हें कहा मैनू राज नहीं चाहिए, मैनू की चाहिए सिखी, सिखी मैं रोज राज नहीं मंगता। आखो वाहिगुरु, मैं जो अरदास दे पहले शब्द बोलदा तो मैं बोलदा सिखा नू सिखी दान मंगदा ना, इस सिखी लई मैं कई पदवियां ठोकरां मारदा, इस सिखी लई मैं कई जन्म राजा बना ते हर राज नू ठोकर मार के सुटदा कि कलगियां वाले पातशाह दा प्यार चाहिदा है, मैनू राज नहीं चाहिदा, मैनू सीस चाहिए। आखो वाहिगुरु, वो तुरी आउंदी नदी, सुन रहे पुत, वो तुरी आउंदी नदी दिल्ली च आण के रुक गई, ते जिहड़ी रुक गई ना जदों पटना साहब के कोलों तुरी आउंदी सी पौंडा साहब के कोलों, उदों उहदे च कीड़े नहीं सी पए, महसूस कर रहे कि नहीं, अंदरों चुप हो गए तो सुनिया जाना जे, अंदरों चुप हो, जदों पौंडा साहब के कोलों दी आउंदी सी ना ऐ करदी, उहदे मन दे विच इच्छा सी मिलण दी, जदों भज्जी आउंदी सी ते की इच्छा सी मिलण दी, ते उह वी उहदी मदद कर रहा सी, बिछरतान मिलाया मेरा गुरु वी उहदी मदद कर रहा सी। इत्थे आण के सिखी, इत्थे आण के नदी रुक गई, ते विच की पै गए जी, दुनिया भर दे नाले, दुनिया भर दा गंध, ओह पौंडा साहब जाके लोकी इहदे च नहाउंदे ने, इत्थे इहदे च थुकदे। आखो वाहिगुरु, नहीं पता लगा इत्थे लोकी थुकदे कि नहीं, गंदी समैल आउंदी ना, जिहड़ी जिहड़ी आण के दिल्ली विच रूह रुक गई सची मुची उहदे चों गंदी समैल आउणी शुरू हो गई, भावें पदवी किसी की भी होवे, सिखा इत्थे आण के रुक भी गया है ते अरदास कर गरीब नवाज पातशाह, तेरा तां बिरद आ, मृतक को पायो तन सासा, बिशरत आण मिलाया, बोलो बिशरत पशु प्रेत मुगध पै सरोते, ये मेरे गुरु की वडियाई आउंदी बाणी ना, मेरे गुरु की वडियाई है भी अगला कदम उहदा जिथे बिशरत नूं मिलाउंदा है ते मरे नूं जिउंदा करदा, अगली उहदी वडियाई है भी पशु प्रेत ते मुगध, जिहड़े पशु ते प्रेत ते मुगधां वर्गे बंदे ने ना उहनां नूं मेरा गुरु सरोते बना दिंदा, सरोते। आखो वाहिगुरु, पशु प्रेत मुगध पै सरोते, सरोते सुनने वाले, समाधियां लग गईयां, समाधियां लग गईयां, मेरे गुरु ने नजर पाई प्रेतां दी समाधि लग गई, ऐसा गुरु है। एक बार बाला साहब वाले दी फिर फोटो बनाओ, जीवन दा पद्धर बालपन वर्गा लगता है, जीवन दा पद्धर इतना लगता है जी कुछ छोटे जे ने, मगर खजाना बहुत वड्डा लैके बैठे ने। गुरवड भागी पाया, ऐसा गुरवड भागी पाया, गुर जिस डिठे सब दुख जाए, जिस डिठे सब दुख जाए, जिस पशु प्रेत मुगध पै सरोते, जिदन सरकार मिली है ना कौडे राक्ष नूं। आखो वाहिगुरु, प्रेत आत्मा सी, बंदे खाण वाली सी, मेरा गुरु मत्थे लग गया तो उहदे डिठे, भावें प्रेत ही सी, सामने कौन खलोता सी, धन गुरु नानक साहब, पतत उदाहरण सतगुर मेरा, बोलो जरा, आपां इन्हां अखां नाल नहीं वेख्या साहब नूं, ते ना अगला वचन जिहड़ा लिखिया मोहे तिसका, ना सानूं भरवासा है, जिहनूं पुछ के वेख लो जी भाजी अमृत नहीं छकदे, कहिंदे असीं ते पापी बणे आ, तुसीं पापी हो ते आ पाप खंडन बैठा आ जाओ, हम पापी तुम, मगर सिख नूं भरोसा नहीं ना बणिया। पंजवें पातशाह ने लिखिया है पतत उदाहरण सतगुर मेरा, एक बार परों हाँ ते बोलो, अजे अंदरों भर के नहीं बोले, बोलो
मोहे तिसका बख्श ले सब सच्चे साहेब सुन नानक की अरदास। किसी ने अरदास की, मेरे गुरु ने उन्हें पापी तो पापी नु पवित्र करके रख। मेरे गुरु जी बड़िया वड्याईया जे, बहुत वड्याईया मेरे साहबे पाई, बहुत वड्याईया साहबे न जाई गणिया, नहीं पता लगा, बहुत वड्याईया साहेबे न जाई गणिया, कोई गिनी नहीं सकता। मेरे गुरु च किनिया वड्याईया ने, आखो वाहेगुरु, गज के बोलो। सामने कौडा खलोता सी ते मरदानी नू उन्हें फड़ लिया, किन्ने कौडे राक्षस ने फड़ लिया, हाजिर रहो। मैं पता नाल तुहानू क्यों बुलवाउणा, पता जे जे तुसी बोले ना ना तुसी दो मिंट चुप हो गए ना इत्थे, ते इतना कीतिया विचों निकल के पता नहीं तुसी किधर निकल जाना। मैं तुहानू तां नाल बुलाउणा है वी तुहाडी सुरत इत्थे रहे, नहीं तो दूसरे कथा वांगू कथा वाचकां वांगू मैं भी करी जाना, मैनू की टोकरी च पैसे पै रहे, नहीं पता लगा मैं की कह टोकरी च मेरा मीटर डिग रहा है। नाल मैं तां बुलाउणा भी तुसी बोलोगे तो रहोगे इत्थे, जिहड़ा सत्संग च जुड़ गया उहदा भला हो गया। दो घड़ियां ही बड़ियां, दो घड़ियां बोलना। कौडा राक्षस मरदाने नूं फड़ बैठा, पशु प्रेत मुगध भै सरोते सरोते बनाउण लगा जे, प्रेत वर्गे ने एडे उच्चे लम्मे ने फड़ के मरदाने नूं, ते इतिहास कहिंदा वी कड़ाहे च सुट्टन लगा सी वी मैं तलके इहनूं खाणा है। ते मरदाना जी दे मूंह चो निकलिया वाहिगुरू, डर डर के की डरे दी आवाज नहीं वजदी, चौंकड़ी लत्तां तक नहीं। अच्छा कोई गल, मूंह दे विचों वाहिगुरू निकलिया डर के। ते सरकार लागे बैठी सी, दो चार पांच दस कदम ते बूटियां दे पिछे उत्थों उठी, धन गुरु नानक साहब जी उत्थों उठे, ते आण के वेख्या भी किसे उच्चे लंबे ने मरदाना जी नूं इतना घुट के फड़िया, ते मरदाना जी उहदे हत्थां दे विच इतना जी को डरे हुए कहिंदे वाहिगुरू वाहिगुरू करन लै, अपने भी मूँह दे विचों उदों वाहिगुरू निकलदा जदों, नहीं पता लगा, डरे हुंदे डरे हुंदे। आ हेमकुंड साहब जिहड़े लोकी जांदे ने जदों गंगा दे उत्तों दी इन्ने इन्ने बरीक रस्तियां दे उत्ते, उदों बड़ा चौपी साहब पढ़दे हो, हुण नहीं पढ़दे, घरां च नहीं पढ़दे, समझ रहे हो। इधर वेखो जी, उत्थे जदों वाहिगुरू मूँह दे विच्चों निकलिया ते धन गुरु नानक साहब ने आण के वेख्या ते कहण लगे की करन लगा सैं भाई, किनू किया, कौडे राक्षस ने पुछया की करन लगा सैं, महाराज मैं तुहाडे साथी नूं खाण लगा। ते सरकार ने आख्या फिर खांदा नहीं, हाजर जे खांदा नहीं, कहिंदे जी जदों मैं इहनूं सुट्टण लगा ना विच कड़ाए दे ते कुछ बोलिया, इतना बणाउंदा मेरा गुरु स्रोता, इह कुछ बोलिया कुछ, महाराज पातशाह ने उहनूं चपेड़ नहीं मारी, उहनूं बुरा नहीं आख्या, आख्या की बोलिया है, ते फिर उहने की आखणा सी, यही कहना सी ना जिवें वाहिगुरू बोलिया। ते साहब कहिंदे मैं सुनिया नहीं, दोबारा दस, कहिंदा जी वाहिगुरू। तीसरी बार महाराज ने कहा यार तू साफ क्यों नहीं बोलता चंगी तरह, दस की बोलता मेरा साथी, कहिंदा वाहिगुरू वाहिगुरू वाहिगुरू, पांच छे बार वाहिगुरू कह गया। साहब कहण लगे लै खा ला हुण, नहीं पता लगा लै, ते कहण लगा जी खाण वाला ते मर गया, जिहड़ा बंदे तल तल के खांदा सी उह ते तेरे वाहिगुरू ने मार दिता। मेरे गुरु च वड्याईया ने, राक्षस तो राक्षस तो पशु प्रेत मुगध भय सरोते, की कीता हरनामा मुख गाया, हरनामा फिर बोलो हरनामा, एक दी वड्याई है मेरे पूरे गुरु दी, गुरवड भागी पा ऐसा गुरवड भागी पाया, गुर भुले मार्ग जिने बताया, भुले मार्ग जिने बताया, भुले मार्ग किनू कहिंदे, भुल गए सां तां ही दस्या। आखो वाहिगुरु, धन ने ओरुआ जिन्हां ने एक शब्द बोलिया। इधर हाजिर हो बंटी सिंह, कर कृपा मोए मार्ग पाओ,
ਬੋਲੋ ਜਰਾ। ਤੁਸੀਂ ਆਖੋ ਜੀ ਸਾਨੂੰ ਸਾਰੇ ਦਿੱਲੀ ਵਾਲਿਆਂ ਨੂੰ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਰਾਏ ਪਾਓ, ਰਾਏ ਕਿਰਾਏ ਪੈ ਗਏ ਕਿ ਨਹੀਂ ਬੋਲੋ। ਆਹ ਤਿਲਕ ਨਗਰ ਦੇ ਕੋਲੋਂ ਦੀ ਲੰਘ ਕੇ ਵੇਖੋ ਕੀ ਆ ਉੱਥੇ, ਸ਼ਰਾਬ ਦੀਆਂ ਦੁਕਾਨਾਂ ਤੇ ਮੀਟ ਦੀਆਂ ਦੁਕਾਨਾਂ ਰਹਿ ਗਈਆਂ, ਹੋਰ ਕੀ ਸਾਡੇ ਕੋਲ ਹੋਣਾ? ਤਾਸ਼ ਦੇ ਪੱਤੇ ਹੀ ਰਹਿ ਗਏ ਸਾਡੇ ਬੱਚਿਆਂ ਕੋਲ, ਵਟਸਐਪ ਤੇ ਫੇਸਬੁੱਕ ਹੀ ਰਹਿ ਗਈਆਂ। ਕਦੀ ਇਹਨਾਂ ਦੇ ਬੱਚਿਆਂ ਦੇ ਮੂੰਹ ਦੇ ਉੱਤੇ ਹੁੰਦਾ ਸੀ ਵਾਹਿਗੁਰੂ ਵਾਹਿਗੁਰੂ ਵਾਹਿ, ਮਹਿਸੂਸ ਕਰੋ। ਮਨਾਇਆ ਗਿਆ, ਮਨਾਇਆ ਗਿਆ ਪੁਰਬ, ਹਰ ਮੰਗਲ ਗਾਓ ਸਖੀ। ਬੜਾ ਆਨੰਦ ਬਣਿਆ, ਨੱਕ ਦੀ ਕੁਰੁੰਬਲੀ ਤੇ ਸੁਰਤ ਰੱਖੋ। ਮੂੰਹ ਤੋਂ ਕਹਿ ਕੇ ਕੰਨਾਂ ਤੋਂ ਸੁਣੋ, ਇੱਕ ਵਾਰ ਵੀ ਸੁਣ ਲਿਆ ਤੇ ਮੁਕਤੀ ਹੋ ਜਾਊਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਰ ਕਿਰਪਾ ਆਪਣੇ ਪਰਿਵਾਰ ਨੂੰ, ਆਪਣੀਆਂ ਧੀਆਂ ਨੂੰ, ਆਪਣੇ ਬੱਚਿਆਂ ਨੂੰ ਬਾਹੋਂ ਫੜੋ। ਮੈਂ ਕੀ ਕਿਹਾ? ਆਪਣੀਆਂ ਧੀਆਂ ਨੂੰ, ਆਪਣੇ ਬੱਚਿਆਂ ਨੂੰ ਬੋਲੋ ਤੇ ਚੱਲ ਜਾਓ ਬੰਗਲਾ ਸਾਹਿਬ, ਚੱਲ ਜਾਓ ਬੰਗਲਾ ਸਾਹਿਬ, ਜਾ ਕੇ ਕਹੋ ਜੀ ਸਾਡਾ ਸਾਰਾ ਟੱਬਰ ਰਾਹ ਭੁੱਲ ਗਿਆ, ਰੱਬ ਦਾ ਭੁੱਲਿਆ ਕਿ ਨਹੀਂ ਬੋਲੋ ਨਾ। ਇਹ ਪਰਵੱਟੇ ਕਟਾਉਣੇ, ਇਹ ਦਾੜੀਆਂ ਕਟਾਉਣੀਆਂ, ਇਹ ਦਾੜੀਆਂ ਕਾਲੀਆਂ ਕਰਨੀਆਂ, ਇਹ ਸਿੱਖੀ ਹੈ? ਜੇ ਘਰ 'ਚ ਕੋਈ ਬੀਬੀ ਰਾਣੀ ਕੇਸ ਕਾਲੇ ਕਰ ਰਹੀ ਆ, ਆਖੋ ਵਾਹਿਗੁਰੂ। ਕੋਈ ਬੀਬੀ ਰਾਣੀ ਪਰਵੱਟਿਆਂ ਦੀ ਬੇਦਬੀ ਕਰ ਰਹੀ, ਆਪਣੇ ਰੋਮਾਂ ਦੀ ਬੇਦਬੀ ਕਰ ਰਹੀ, ਤਾਂ ਤੁਸੀਂ ਕੀ ਕਹੋਗੇ ਵੀ ਇਹ ਟੱਬਰ ਭੁੱਲਿਆ ਕਿ ਰਹੇ ਪਿਆ ਹੈ? ਇੱਕ ਵਾਰ ਸਾਰੇ ਦੱਸੋ, ਵੇਖੋ ਗੁਰੂ ਹਰਕ੍ਰਿਸ਼ਨ ਸਾਹਿਬ ਦੀਆਂ ਖੁਸ਼ੀਆਂ ਮਿਲਣਗੀਆਂ। ਹਟੋ ਭਾਵੇਂ ਨਾ ਹਟੋ, ਇਹ ਮੇਰਾ ਮੈਟਰ ਨਹੀਂ। ਇੱਕ ਵਾਰ ਮੰਨ ਜਾਓ ਵੀ ਰੋਮਾਂ ਦੀ ਬੇਦਬੀ ਕਰਨ ਵਾਲਾ ਭੁੱਲਿਆ ਕਿ ਰਾਹ 'ਤੇ ਤੁਰਿਆ ਜਾ ਰਿਹਾ, ਐਸੇ ਉਜਾੜ ਵੱਲ ਨੂੰ ਮੂੰਹ ਕਰਕੇ ਤੁਰ ਪਿਆ ਜਿਹਦਾ ਕੋਈ ਅੰਨਾ ਬੰਨਾ ਨਹੀਂ, ਇਸ ਦੁਨੀਆਂ ਦਾ ਭਿਆਨਕ ਜੰਗਲ ਦਾ ਕੋਈ ਅੰਨਾ ਬੰਨਾ ਨਹੀਂ, ਜਿਹੜੇ ਜਿਹੜੇ ਇਹਦੇ 'ਚ ਗਵਾਚੇ ਉਹ ਖਾਧੇ ਗਏ, ਉੱਧਰ ਨੂੰ ਮੂੰਹ ਕਰਕੇ ਬਹਿ ਗਏ। ਆਪਣੀਆਂ ਧੀਆਂ ਨੂੰ ਲੈ ਜਾਓ, ਆਪਣੇ ਪੁੱਤਿਆਂ ਨੂੰ ਲੈ ਜਾਓ, ਪੋਤਰਿਆਂ ਨੂੰ ਲੈ ਜਾਓ, ਅਤੇ ਬੰਗਲਾ ਸਾਹਿਬ ਵਾਲੇ ਨੂੰ ਜਾ ਕੇ ਆਖੋ ਕਰ ਕਿਰਪਾ ਮੋਹੇ ਮਾਰਗ ਪਾਵੋ, ਕਰ ਕਿਰਪਾ ਮੋਹੇ ਮਾਰਗ ਪਾਵੋ, ਕਰ ਦਾਸ ਆਪਣੇ ਕੋ ਭਗਤੀ ਲਾਵੋ, ਦਾਸ ਆਪਣੇ ਕੋ ਭਗਤੀ ਲਾਵੋ, ਦਾ ਤਰਲਾ ਪਾਓ ਗਰੀਬ ਨਵਾਜ਼, ਮੈਨੂੰ ਅਤੇ ਮੇਰੇ ਪਰਿਵਾਰ ਨੂੰ ਰਾਹ ਪਾ, ਅਸੀਂ ਰਾਹ ਭੁੱਲ ਗਏ ਹਾਂ, ਗੁਰਦੁਆਰਿਆਂ ਦਾ, ਬਾਣੀ ਦਾ, ਰਹਿਤ ਮਰਿਆਦਾ ਦਾ, ਸਿਮਰਨ ਬੰਦਗੀ ਦਾ, ਅਸੀਂ ਰਾਹ ਭੁੱਲ ਗਏ। ਬੜੀ ਨਿੰਦਾ ਆਉਂਦੀ, ਬੜੀ ਚੁਗਲੀ ਆਉਂਦੀ, ਬੜੀ ਈਰਖਾ ਨਾਲ ਭਰੇ ਪਏ ਹਾਂ। ਗਰੀਬ ਨਵਾਜ਼ ਆਪਣੇ ਸਿੱਖ ਬਣਾ ਲਓ। ਅੱਜ ਵਾਲਾ ਬਚਨ ਜਿਹੜਾ ਸੀ, ਮ੍ਰਿਤਕ ਕਹੋ ਜਿਵਾਲਣ ਹਾਰ, ਮੇਰੇ ਗੁਰੂ ਬਾਲਾ ਪ੍ਰੀਤਮ ਪਾਤਸ਼ਾਹ ਦੀ ਇਹ ਵਡਿਆਈ ਸੀ ਵੀ ਮੇਰੇ ਗੁਰੂ 'ਚ ਇੰਨੀਆਂ ਵਡਿਆਈਆਂ ਨੇ ਵੀ ਇਹ ਮਰੇ ਹੋਏ ਨੂੰ ਜਿਉਂਦਾ ਕਰ ਸਕਦਾ ਹੈ। 100% ਤੋਂ ਉੱਤੇ 10 ਲਾ ਲਓ, 110% ਸੱਚ ਆ ਵੀ ਮੇਰਾ ਗੁਰੂ ਮਰੇ ਹੋਏ ਨੂੰ, ਕੋਈ ਕਹੇ ਤਾਂ ਸਹੀ ਉਹਨੂੰ ਜਾ ਕੇ ਵੀ ਮੈਨੂੰ ਜਿਉਂਦਾ ਕਰ ਦਿਉ। ਆਖੋ ਵਾਹਿਗੁਰੂ। ਭੱਜਦੇ ਵੀ ਤਾਂ ਲੋਕ ਹੋਰ ਹੀ ਪਾਸੇ ਆ ਨਾ, ਧੰਨ ਨੇ ਉਹ ਰੂਹਾਂ ਜਿਹੜੀਆਂ ਆਪਣੇ ਮੁਰਦੇ ਸਰੀਰ ਨੂੰ ਚੁੱਕ ਕੇ ਬਾਲਾ ਪ੍ਰੀਤਮ ਪਾਤਸ਼ਾਹ ਨੂੰ ਕਹਿੰਦੀਆਂ ਮੈਨੂੰ ਜਿਉਂਦਾ ਕਰਦੇ ਆ।
ਮੁਰਦੇ ਸਰੀਰ ਨੂੰ ਚੁੱਕਦੀਆਂ ਅਤੇ ਜਾ ਕੇ ਕਿਹਦੇ ਅੱਗੇ ਰੱਖ ਦਿੰਦੀਆਂ? ਬਾਲਾ ਪ੍ਰੀਤਮ ਪਾਤਸ਼ਾਹ ਦੇ ਚਰਨਾਂ 'ਚ ਰੱਖ ਕੇ ਕਹਿੰਦੀਆਂ ਸਾਨੂੰ ਜਿਉਂਦਾ ਕਰ ਦਿਉ। ਅਤੇ ਸੱਚੀ ਮੁੱਚੀ ਉਹਦੇ 'ਚ ਪਾਵਰ ਹੈਗੀ। ਮ੍ਰਿਤਕ ਕਹੋ ਜਿਵਾਲਣ ਹਾਰ, ਭੁੱਖੇ ਕੋ ਦੇਵਤ ਆਧਾਰ। ਭੁੱਖੇ ਕਹੋ ਦੇਵਤ, ਭੁੱਖੇ ਨੂੰ ਆਸਰਾ ਦੇਣ ਦਾ ਮੇਰੇ ਗੁਰੂ ਦੇ ਘਰ ਵਿੱਚ ਬੜਾ ਵੱਡਾ ਪ੍ਰਬੰਧ ਆ। ਇੱਥੋਂ ਦੀ ਤੁਹਾਡੀ ਤਿਲਕ ਨਗਰ ਵੱਲ ਦੀ, ਇੱਥੇ ਬਾਲੀ ਨਗਰ ਦੇ ਕੋਲ ਇੱਕ ਛੋਟੀ ਜਿਹੀ ਕਲੋਨੀ ਹੁੰਦੀ ਸੀ ਉਦੋਂ, ਆਖੋ ਵਾਹਿਗੁਰੂ, ਬਹੁਤੇ ਨਾਮਧਾਰੀ ਭਰਾ ਉੱਧਰ ਰਹਿੰਦੇ ਸੀ। ਕੀ ਕਹਿੰਦੇ ਉਹਨੂੰ? ਨਾਮਧਾਰੀ ਕਲੋਨੀ। ਇੱਥੋਂ ਕੋਈ ਬਜ਼ੁਰਗ ਮਾਤਾ ਰੋਜ਼ ਬੱਸ 'ਤੇ ਚੜ੍ਹ ਕੇ, ਉਹਨਾਂ ਦਿਨਾਂ 'ਚ ਮੈਂ ਬੰਗਲਾ ਸਾਹਿਬ ਸੇਵਾ ਕਰਦਾ ਸਾਂ, ਅਤੇ ਸਵੇਰੇ ਸਵੇਰ ਆਪਣੇ ਘਰੋਂ ਦੇਗ ਬਣਾਉਂਦੀ ਸੀ ਘਰੋਂ, ਅਤੇ ਐਡੀ ਕੁ ਡੱਬੀ 'ਚ, ਸੁਣ ਰਹੀ ਪੁੱਤ, ਸੁਣ ਰਹੀ ਨਾ, ਇੰਨੀ ਕੁ ਦੇਗ ਲੈ ਕੇ ਘਰੋਂ, ਅਤੇ ਇੱਧਰੋਂ ਇੱਕ ਬੱਸ ਜਾਂਦੀ ਹੁੰਦੀ ਸੀ ਰੋਜ਼ ਸਵੇਰੇ ਬੰਗਲਾ ਸਾਹਿਬ ਮੱਥਾ ਟੇਕਣ। ਸੰਗਤਾਂ 'ਚ ਹੁਣ ਪਤਾ ਨਹੀਂ ਜਾਂਦੀਆਂ ਕਿ ਨਹੀਂ। ਉਸ ਮਾਤਾ ਨੇ ਕਈ ਸਾਲ ਲਗਾਤਾਰ ਉਹ ਐਡੀ ਕੁ ਡੱਬੀ ਜਾ ਕੇ ਗੋਲਕ 'ਤੇ ਰੱਖਣੀ, ਗੁਰੂ ਹਰਕ੍ਰਿਸ਼ਨ ਸਾਹਿਬ ਦੀ ਗੋਲਕ 'ਤੇ ਰੱਖਣੀ, ਅਤੇ ਬੜਾ ਚਿਰ ਕਰਦੀ ਰਹਿਣਾ। ਇੱਕ ਦਿਨ ਮੀਂਹ ਬੜਾ ਪੈਂਦਾ ਸੀ, ਅਤੇ ਉਹ ਵੀ ਜਿੱਥੇ ਕੜਾਹ ਪ੍ਰਸ਼ਾਦ ਦੀ ਹੁਣ ਭੇਟ ਕਰਦੇ ਆ, ਇੱਥੇ ਖਲੋਤੀ, ਅਤੇ ਮੈਂ ਵੀ ਕੋਲ ਗਿਆ। ਮੈਂ ਉਹਨੂੰ ਪੁੱਛਿਆ, ਮਾਂ ਸੁਣ ਰਹੇ ਹੋ ਜੀ, ਮੈਂ ਉਹਨੂੰ ਪੁੱਛਿਆ, ਮਾਂ ਬੜੇ ਸਾਲਾਂ ਤੋਂ ਮੈਂ ਤੈਨੂੰ ਵੇਖਦਾ, ਅਤੇ ਤੂੰ ਰੋਜ਼ ਇੰਨੀ ਕੁ ਕੌਲੀ ਕੀ ਲਿਆਉਣੀ ਹੈ? ਕਹਿੰਦੀ ਕੜਾਹ ਪ੍ਰਸ਼ਾਦੀ ਦੇਗ ਲਿਆਉਣੀ। ਮੈਂ ਕਿਹਾ ਕਿੰਨੇ ਵਜੇ ਉੱਠਦੀ? ਕਹਿੰਦੀ 2 ਵਜੇ ਉੱਠ ਕੇ ਕੇਸੀ ਇਸ਼ਨਾਨ ਕਰ ਲੈਂਦੀ, ਅਤੇ ਮੈਂ ਆਪਣੇ ਹੱਥੀਂ ਜਪਜੀ ਸਾਹਿਬ ਦਾ ਪਾਠ ਕਰਕੇ ਅਤੇ ਦੇਗ ਬਣਾ ਕੇ, ਅਤੇ ਮੈਂ ਇੰਨਾ ਕੁ ਕੌਲੀ ਵਿੱਚ ਲਿਆਉਣੀ, ਮੈਂ ਬਾਲਾ ਪ੍ਰੀਤਮ ਪਾਤਸ਼ਾਹ ਨੂੰ ਭੋਗ ਲਿਆਉਣੀ, ਮੈਂ ਖਵਾਉਣੀ ਆਣ ਕੇ ਬਾਲਾ ਸਾਹਿਬ ਪ੍ਰੀਤਮ ਨੂੰ। ਆਹ ਮੁੰਡਿਆਂ ਨੂੰ ਗੱਲਾਂ ਨਾ ਕਰਨ, ਤਨਦੀਪ ਸਿੰਘ ਨੂੰ ਹਟਾਓ, ਆਖੋ ਵਾਹਿਗੁਰੂ। ਦਾਸ ਨੇ ਪੁੱਛਿਆ ਉਹਨੂੰ ਵੀ ਮਾਤਾ ਇੰਨਾ ਤੇਰਾ ਨੇਮ, ਕਈ ਸਾਲ 16 ਕੁ ਸਾਲ, ਤੇ ਮੈਂ ਕਿਹਾ ਮੈਨੂੰ ਵੇਖਦੇ ਨੂੰ ਹੋਵੇ, ਇੱਕ ਨਾਂਗਾ ਨਹੀਂ ਪਾਇਆ, ਮੀਂਹ ਹੋਵੇ, ਹਨੇਰੀ ਹੋਵੇ, ਧੁੰਦ ਹੋਵੇ, ਝੱਖੜ ਹੋਵੇ, ਅਤੇ ਤੂੰ ਰੋਜ਼ ਆਣ ਕੇ ਦੇਗ ਰੱਖਦੀ ਇੱਥੇ, ਮੈਨੂੰ ਦੱਸੇਂਗੀ? ਮੈਂ ਤੇਰਾ ਬੱਚਿਆਂ ਵਰਗਾ, ਵਡੇਰੀ ਤੇਰੀ ਉਮਰ ਆ, ਮੈਨੂੰ ਦੱਸ ਕੀ ਮੰਗਦੀ ਹੈ ਬਾਲਾ ਪ੍ਰੀਤਮ ਕੋਲੋਂ? ਨਹੀਂ ਪਤਾ ਲੱਗਾ ਵੀ ਰੋਜ਼ ਦੇਗ ਲਿਆ ਕੇ ਬਾਲਾ ਪ੍ਰੀਤਮ ਪਾਤਸ਼ਾਹ ਦੇ ਕੋਲ ਕੀ ਮੰਗ ਰੱਖਦੀ ਹੈ? ਬੜੀ ਗੈਰ ਗੰਭੀਰਤਾ 'ਚ ਜਾ ਕੇ ਕਹਿੰਦੀ, ਬੱਚਿਆ ਮੈਂ ਬਾਲਾ ਪ੍ਰੀਤਮ ਨੂੰ ਰੋਜ਼ ਕਹਿੰਦੀ ਹਾਂ ਵੀ ਜਿਹੜੀ ਮੇਰੀ ਅੰਤਲੀ ਘੜੀ ਆਵੇ ਨਾ ਗਰੀਬ ਨਵਾਜ, ਉਹ ਸੌਖੀ ਆਵੇ। ਇਹ ਮੰਗ ਨਹੀਂ ਕਿਸੇ ਦੀ ਹੈਗੀ, ਸਾਰੇ ਲੋਕਾਂ ਨੂੰ ਮਾਣ ਆ, ਮੇਰੇ ਅਕਾਊਂਟ 'ਚ ਪੈਸੇ ਆ, DMC 'ਚ ਲੈ ਜਾਂਗੇ, ਵੱਡੇ ਵੱਡੇ ਹਸਪਤਾਲਾਂ 'ਚ ਮੈਨੂੰ ਲੈ ਜਾਣਗੇ ਮੇਰੇ ਧੀਆਂ ਪੁੱਤਰ ਚੁੱਕ ਕੇ। ਆ ਅਰਦਾਸ ਕਰਨੀ, ਕਿਆ ਜਾਣਾ ਕਿਵੇਂ, ਕਿਤਨਾ ਮੌਤ ਹੁੰਦੀ ਆ, ਕਈ ਮੈਂ ਵੇਖੇ ਕੀੜੇ ਪੈ ਕੇ ਲੋਕ ਮਰਦੇ ਵੇਖੇ, ਜੇਕਰ ਨਹੀਂ ਬੋਲੋ ਤੁਸੀਂ ਵੀ ਸਮਾਜ 'ਚ ਵੇਖੋ, ਕਈਆਂ ਦੇ ਪਾਸੇ ਮਾਰੇ ਜਾਂਦੇ, ਇਤਰਾਂ ਵਿਚਾਰੇ ਮੰਜੇ 'ਤੇ ਪਏ ਨੇ, ਕਈਆਂ ਦੇ ਮੂੰਹ 'ਚੋਂ ਜ਼ਬਾਨ ਬਾਹਰ ਆ ਗਈ ਆ, ਬੜੀਆਂ ਬੜੀਆਂ ਭਿਆਨਕ ਮੌਤਾਂ ਲੋਕਾਂ ਦੀਆਂ ਹੁੰਦੀਆਂ। ਮੈਂ ਕਿਹਾ ਮਾਂ ਅਰਦਾਸ ਤਾਂ ਬੜੀ ਪਿਆਰੀ ਕੀਤੀ, ਅਰਦਾਸ ਵੀ ਕੀਤੀ ਅਤੇ ਮੰਗਿਆ ਕਿ ਮੇਰੀ ਅੰਤਲੀ ਘੜੀ ਸੌਖੀ ਆਵੇ। ਬਾਣੀ 'ਚ ਵੀ ਲਿਖਿਆ, ਕਿਆ ਜਾਣਾ ਕਿਵੇਂ ਮਰੇਂਗੇ। ਕਿਸੇ ਨੂੰ ਚੇਤਾ ਹੈ? ਕਿਸੇ ਨੂੰ ਇਸ ਗੱਲ ਦਾ ਚੇਤਾ ਹੈ? ਜੇ ਬੰਦਾ ਕਦੀ ਮੌਤ ਨੂੰ ਚੇਤੇ ਰੱਖੇ ਅਤੇ ਕਦੀ ਗੁਨਾਹ ਨਾ ਕਰੇ, ਮੌਤ ਹੀ ਭੁੱਲੀ ਆ ਅਤੇ ਗੁਨਾਹਾਂ ਦਾ ਗਲ 'ਚ ਹਾਰ ਪਾ ਲਿਆ, ਹੂ ਕੇਅਰ, ਮੈਨੂੰ ਕਦੀ ਪਰਵਾਹ ਹੈ, ਮੈਂ ਕਿਹੜਾ ਕਿਸੇ ਦੇ ਕੋਲ ਫਸਣਾ ਹੈ। ਅੰਤਲੀ ਘੜੀ ਨੂੰ ਇੱਕ ਵਾਰ ਚੇਤੇ ਕਰ, ਕੀੜੇ ਪੇਕੇ ਲੋਕ ਮਰਦੇ, ਲੋਕਾਂ ਦੀਆਂ ਲੱਤਾਂ ਟੁੱਟ ਜਾਂਦੀਆਂ, ਲੋਕਾਂ ਕੋਲੋਂ ਮੰਜੇ 'ਤੇ ਨਹੀਂ ਉੱਠਿਆ ਜਾਂਦਾ। ਇੱਕ ਹੋਰ ਬਿਮਾਰੀ ਜਿਹਨੂੰ ਕੌਮਾਂ ਕਹਿੰਦੇ, ਕੌਮਾਂ ਸੁਣੀ ਜੇ, ਬੇਅੰਤ ਲੋਕ ਕੌਮਾਂ ਵਿੱਚ ਚਲੇ ਜਾਂਦੇ ਨੇ, ਅੱਖਾਂ ਖੁੱਲੀਆਂ, ਸਵਾਸ ਚੱਲ ਰਿਹਾ, ਨਾ ਬੋਲ ਸਕਦੇ, ਨਾ ਪਛਾਣ ਸਕਦੇ, ਸਾਲਾਂ ਬੱਧੀ ਮੰਜੇ 'ਤੇ ਪੈ ਰਹੀਂਦੇ, ਕੋਈ ਧੀ ਨਹੀਂ ਪੁੱਛਦੀ, ਬੇਟੀ ਵਹਿ ਬੇਟਾ ਕੋਈ ਲਹਿਗਾ ਨਾ ਸਾਰ, ਬੇਟੀ ਵਹਿ ਬੇਟਾ ਕੋਈ ਕੋਈ ਲਹਿਗਾ ਨਾ ਸਾਰ, ਕੌਣ ਪੁੱਛਦਾ ਕਿਸੇ ਨੂੰ, ਕਿ ਪੁੱਛਦਾ ਕੋਈ? ਰੱਬ ਨਾ ਕਰੇ ਇੱਕ ਵਾਰ ਅੱਖਾਂ ਮੀਟ ਕੇ ਸੋਚੋ, ਇੱਕ ਬੰਦਾ ਮੰਜੇ 'ਤੇ ਡਿੱਗ ਪਿਆ, ਇੱਕ ਦਿਨ ਧੀ ਆਊਗੀ, ਦੋ ਦਿਨ ਆਊਗੀ ਪਤਾ ਲੈਣ, ਫਿਰ ਆਪਣੇ ਕੰਮਾਂ 'ਚ ਰੁੱਝਦੇ ਜਾਣਗੇ, ਪੋਤਰਾ ਨੌ ਧੀ ਪੁੱਤਰ, ਕੌਣ ਰੋਜ਼ ਰੋਜ਼ ਤੇਰੇ ਕੱਪੜੇ ਸਾਫ਼ ਕਰੂ? ਕੋਈ ਨਹੀਂ ਕਰਦਾ, ਕੋਈ ਨਾ ਕਿਸੇ ਹੀ ਕੇਰਾ, ਕੋਈ ਨਾ ਕਿਆ ਜਾਣਾ ਕੈਸਾ ਮਰਨਾ, ਮੌਤ ਕਿਸ ਤਰ੍ਹਾਂ ਦੀ ਆਊਗੀ ਕਿਸੇ ਨੂੰ ਕੀ ਪਤਾ ਹੈ।
मगर एक गरंटी मेरे गुरु ग्रंथ साहब जी ने देती, सुन लियो, एक गरंटी गुरु ग्रंथ साहब जी ने देती, जेकर सहब मनो ना विसरे, बोलो हजरा, जे सहब नाना मनो कदी विसरे ते मौत दी घड़ी भी बड़ी मुबारक आउंदी, बड़ी मुबारक आउंदी, बड़ी मुबारक। उस माई ने कि यह टीचा बना लिया हाजिर हो भी मैं बाला प्रीतम को मंगना ही है भी मेरी अंतरी घड़ी सौखी आवे। कई साल लग गए जिंदगी दे, एक दिन फिर अज का दिन सी, अज का दिन केड़ा है भला, बाला प्रीतम का प्रकाश दिहाड़ा, प्रकाश दिहाड़ा, आखो वाहिगुरु। एक गल नोट करियो, जन्म दिहाड़ा ना कहना, जन्मदिन नहीं कहेगा, गुरु का जन्म नहीं हुंदा, की है मख्या, जिहदा जन्म हुंदा उहदा मरन भी हुंदा, ते गुरु ते कदी मरदा नहीं। इत्थों पता लगा भी गुरु जमया नहीं, गुरु प्रगट होया, सतगुर नानक प्रगटिया, जमया नहीं, पकड़ लो, पकड़ रहे हो। ते खालसा भी आ विसाखी दे आ वीर ने और मनमोहन सोनी बैठे आ, अज तो 10-15 साल पहलों असी लिख देने खालसे का जन्म दिहाड़ा, इश्तहारां च लिखिया हुंदा सी। एक तो इत्थों तक भी इश्तहार दिल्ली कमेटी का शब्द हुंदा सी, नानक प्यो साहब जिहड़ा पुरब हुंदा ना बाबे दा, जी गुरु नानक का सराध, अज्ञानता का थोड़ा थोड़ा पर्दा चुकना शुरू होया, कुदरत ने बच्चे गां पढ़ गए, इतिहास पढ़िया, गुरबाणी नूं खोजिया, पता लगा भी गुरु नानक का सराध तो उहदा हुंदा जिहड़ा मर जाए, नहीं पता लगा जी सराध किहदा हुंदा जिहड़ा, ते गुरु नानक साहब तो अजे जींदे, नहीं पता लगा कि मानते नहीं जी, अजे जिउंदा जागदा नहीं गुरु नानक बैठा सामने, कहो नानक सब तेरी वड्याई, कहो कहे नानक, शब्द पढ़ दो कहे नानक, ते जे अज कह रहा है ते जिउंदा, कहिंदा कौन है जिहड़ा जिउंदा होवे, ते जे बाणी दे विच कहे शब्द आया भी कहे नानक सुनो संतो शब्द धरो प्यारो साचा नाम मेरा, ते जे अज भी बोलन रहे ने, जिहड़ा बोलन डिया मरिया नहीं, उहदा सराध करदा, मगर अज्ञानता कहिंदी सी मैं इश्तहार आप पढ़दा रहा भी अज दे दिन गुरु नानक साहब जिहड़ा पुरब आऊगा वह गुरु नानक का सराध मनाया जाऊ, नहीं गुरु का जन्म भी नहीं हुंदा, गुरु का मरण भी नहीं हुंदा, खालसा जी का ना जन्म है ना खालसे का कदी मरण है, ये प्रगट दिहाड़े ने, सतगुरु नानक प्रगटिया, वह प्रगट्यो मर्द अगंबड़ा, प्रगट्यो खालसा परमात्मा की मौज, ते प्रगट गुरां की, ये चार शब्द ने। गुरु नानक साहब नूं प्रगट लिखिया है, धन गुरु गोबिंद सिंह साहब जी नूं प्रगट लिखिया है, आखो वाहिगुरु, समझ रहे हो सारे के वैसे सिर ला रहे हो, समझ रहे हो, पता लग रहा भी गुरु नानक साहब नूं की लिखिया, प्रगट जमया नहीं लिखिया, दसम पिता जी नूं जमया नहीं लिखिया, तहीं प्रकाश हमारा पयो जमया नहीं। फिर धन गुरु गोबिंद सिंह महाराज पातशाह ने जो खालसा प्रगट किया है, उत्थे यह नहीं कि इन्नी तरीक नूं खालसा जमया, प्रगटियो खालसा परमात्म की मौज, इधर यह नहीं भी गुरु शब्द जमया, प्रकाश दिहाड़ा गुरु ग्रंथ साहब जी का। ते ओ माई नूं एक दिन फिर मैं वेख्या, आ पुरब वाला दिन आया, गुरु के सिखो उन्हें लिया के डब्बी रखी गोलक दे उत्ते, अरदास उस तरह ही की, उस दिन भी दास की अंदर ड्यूटी सी, आखो वाहिगुरु, काफ़ी सालों की गल आ, रख के गोलक दे उत्ते डब्बी, मत्था टेकन नूं सिर नवाया फिर चुकिया नहीं, जो मंगदी सी मेरे बाला प्रीतम ने उहदी झोली भरते। ते मैं कई बार सोचता हुंना, नोट कर रहे हो जी, मैं कई बार सोचता हुंना भी तेरी जिंद नूं जदों लैके उहदे दरबार च गए होणगे, नहीं पता लगा, आखिर तां लैण आउंदे आ ना जिंद नूं, ते जदों तेरा मकलावा लेके गए होणगे तेरी रूह दा, ते अगे रब ने पुछिया होगा ये की कर रही सी जदों इहदी जान कढ़ी, नहीं पता लगा जी, ए जदों इहदी जान कढ़ी ते दसण वालिआं ने दस्या होगा जी, जदों इहदे इह प्राण लै ने ना ये बाला प्रीतम पातशाह दे चरणां ते लम्मी पई सी, सफल 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 पई यात्रा, बोलो सफल, आवण जान रहे मिले साधा, धन गुरु हरकृष्ण साहब वर्गा गुरु मिल गया ते आउण जाण दा चक्कर मुक गया, दर्शन परसी है, जन्म मरण
ਮ੍ਰਿਤਕ ਕਹੋ ਜਿਵਾਲਣ ਹਾਰ, ਭੁੱਖੇ ਕਹੋ ਸਰਬਨ ਦਾਨ ਜਾ ਕੀ, ਪੁਰਬ ਲਿਖੇ ਕਾ। ਇੱਕ ਬਾਲਾ ਪ੍ਰੀਤਮ ਪਾਤਸ਼ਾਹ ਦੀ ਹੋਰ ਸਿਫਤ ਸੁਣਿਓ, ਸਭ ਕਿਛੁ ਤਿਸ ਕਾ ਹਾਜ਼ਰ ਰਹੋ, ਬੋਲੋ ਉਹ ਕਰਨੇ ਯੋਗ, ਕਰਨੇ ਯੋਗ ਤਿਸ ਬਿਨ ਦੂਸਰ ਹੋਆ। ਆ ਮੈਂ ਕਈ ਵਾਰ ਅਮਰੀਕਾ ਜਾਂਦਾ, ਸਵੇਰੇ ਵੀ ਮੇਰੀ ਕੋਈ ਇੰਟਰਵਿਊ ਹੈ ਅੰਬੈਸੀ 'ਚ, ਅਤੇ ਵੱਡੀਆਂ ਵੱਡੀਆਂ ਦੇਸ਼ਾਂ ਦੀਆਂ ਅੰਬੈਸੀਆਂ ਦੇ ਸਾਹਮਣੇ ਜਾ ਕੇ ਪੁੱਛੀਦਾ ਵੀ ਇੱਥੇ ਐਡੇ ਵੱਡੇ ਦੇਸ਼ ਦੀ ਜਿਹੜਾ ਆਪਣੇ ਆਪ ਨੂੰ ਸੁਪਰੀਮ ਕਹਿੰਦਾ ਦੇਸ਼ਾਂ ਦੇ ਵਿੱਚੋਂ, ਇੱਥੇ ਕਿਤੇ ਪਾਣੀ ਦਾ ਗਲਾਸ ਮੁਫਤ ਮਿਲਦਾ ਹੈ ਹਾਜ਼ਰ ਜੀ? ਅਤੇ ਉਹ ਕਹਿੰਦੇ ਨਹੀਂ ਜੀ, ਉਹ ਫਲਾਣੀ ਕੰਟੀਨ 'ਤੇ ਚੱਲ ਜਾਓ, ਇੱਥੇ ਪਾਣੀ ਦਾ ਗਲਾਸ ਨਹੀਂ ਮਿਲਦਾ। ਕੋਈ ਚਾਹ ਦਾ ਕੱਪ ਅੰਬੈਸੀ ਵੱਲੋਂ ਐਡੇ ਅਮੀਰ ਮੁਲਕ ਦੀ ਜੂ ਆ, ਅਤੇ ਮੁਫਤ ਕਿਤੇ ਇੰਨੇ ਜਿਹੜੇ ਬੰਦੇ ਆਏ ਉਹਨਾਂ ਨੂੰ ਚਾਹ ਦਾ ਕੱਪ ਮਿਲਦਾ ਹੋਊ? ਕਹਿੰਦੇ ਨਾ ਜੀ। ਕੋਈ ਭੁੱਖ ਕਿਸੇ ਨੂੰ ਲੱਗ ਜਾਏ ਇੱਥੋਂ, ਕੋਈ ਬ੍ਰੈਡ ਖਾਣ ਨੂੰ, ਕੋਈ ਲੰਗਰ ਖਾਣ ਨੂੰ ਮਿਲਦਾ ਹੈ? ਉਹ ਕਹਿੰਦੇ ਜੀ ਸਭ ਤੋਂ ਵੱਡਾ ਮੁਲਕ ਹੈ ਅਮੈਰੀਕਾ, ਕਨੇਡਾ, ਇੰਗਲੈਂਡ, ਇੱਥੇ ਪਾਣੀ ਦਾ ਗਲਾਸ ਵੀ ਮੁੱਲ ਮਿਲਦਾ ਹੈ। ਅਤੇ ਫਿਰ ਉੱਥੋਂ ਇੰਟਰਵਿਊ ਦੇ ਕੇ ਜਦੋਂ ਕੋਈ ਮੁੜਿਆ ਅਤੇ ਆ ਗਿਆ ਬੰਗਲਾ ਸਾਹਿਬ, ਆਣ ਕੇ ਵੇਖਿਆ ਇੱਥੇ ਪਾਣੀ ਨਹੀਂ, ਇੱਥੇ ਤਾਂ ਜੂਸ ਵਰਤਾ ਰਹੇ ਲੋਕ, ਇੱਥੇ ਇਕੱਲਾ ਪ੍ਰਸ਼ਾਦਾ ਹੀ ਨਹੀਂ, ਇੱਥੇ ਤਾਂ ਖੀਰਾਂ ਵਰਤ ਰਹੀਆਂ। ਫਿਰ ਅੰਦਰੋਂ ਆਵਾਜ਼ ਆਈ, ਵੱਡਾ ਅਮੈਰੀਕਾ ਨਹੀਂ, ਵੱਡਾ ਕਨੇਡਾ ਨਹੀਂ, ਵੱਡਾ ਹੈ ਮੇਰਾ ਬਾਲਾ ਪ੍ਰੀਤਮ ਪਾਤਸ਼ਾਹ। ਜਿਨ੍ਹਾਂ ਦਿਨਾਂ 'ਚ ਮੈਂ ਇੱਥੇ ਸੇਵਾ ਕਰਦਾ ਸਾਂ, 65 ਬੋਰੀਆਂ ਆਟਾ ਐਤਵਾਰ ਪੱਕਦਾ ਸੀ, 65 ਬੋਰੀਆਂ, ਅਤੇ 44 ਟੀਨ ਦੇਸੀ ਘਿਓ ਦਾ ਕੜਾ ਪ੍ਰਸ਼ਾਦ ਬਣਦਾ ਸੀ ਉਹਨਾਂ ਦਿਨਾਂ 'ਚ, ਮੈਨੂੰ ਅੱਜ ਦਾ ਨਹੀਂ ਪਤਾ। 44 ਟੀਨ ਦੇਸੀ ਘਿਓ ਦਾ ਕੜਾ ਪ੍ਰਸ਼ਾਦ ਵਰਤਦਾ ਸੀ, ਅਤੇ ਜਿਹਦੇ ਬੁੱਕ 'ਤੇ ਇੰਨਾ ਕੜਾ ਰੱਖਿਆ ਜਾਂਦਾ ਸੀ ਉਹਦੇ ਮੂੰਹ 'ਚ ਨਿਕਲਦਾ ਸੀ ਸਤਨਾਮ ਸ੍ਰੀ ਵਾਹਿ। ਐਸੇ ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ, ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਐਸੇ ਮੇਰੇ ਸਤਿਗੁਰੂ ਸਭ ਕੁਛ ਤਿਸਕਾ, ਉਹ ਕਰਨੇ ਯੋਗ ਤਿਸ ਬਿਨ ਦੂਸਰ ਹੋਆ ਨਾ ਹੋਗ। ਤੇ ਫਿਰ ਅੱਗੇ ਬਚਨ ਬੜੇ ਪਿਆਰੇ ਕਹਿ ਕੇ ਸਮਾਪਤੀ ਕੀਤੀ, ਜਪ ਜਨ ਸਦਾ ਸਦਾ ਦਿਨ ਰਹਿਣੀ, ਐਸੇ ਗੁਰੂ ਨੂੰ ਰਾਤ ਦਿਨ ਜਪਿਆ ਕਰ। ਤੁਸੀਂ ਇੱਕ ਵਾਰ ਮੈਨੂੰ ਕਹਿ ਦਿਓ, ਸਮਾਪਤੀ ਕਰਾਂ, ਸਮਾਂ ਹੋ ਗਿਆ, ਕੀ ਦਿੱਲੀ ਦੇ ਸਿੱਖ ਨੂੰ ਜਿਹੜੇ ਦਿੱਲੀ 'ਚ ਰਹਿੰਦੇ ਆ, ਇੱਥੇ ਪਤਾ ਕਿੰਨੇ ਪਾਤਸ਼ਾਹ ਆਏ ਆ? ਧੰਨ ਗੁਰੂ ਨਾਨਕ ਸਾਹਿਬ ਆਏ ਨੇ, ਆਖੋ ਵਾਹਿਗੁਰੂ, ਧੰਨ ਗੁਰੂ ਹਰਗੋਬਿੰਦ ਸਾਹਿਬ ਆਏ ਨੇ, ਧੰਨ ਗੁਰੂ ਹਰਕਿਸ਼ਨ ਸਾਹਿਬ ਆਏ ਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਆਏ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਆਏ, ਪਤਾ ਨਹੀਂ ਕਿੰਨਿਆਂ ਮਹਾਤਮਾ, ਕਿੰਨੇ ਸੰਤਾਂ ਦੀ ਇਹ ਨਿਵਾਜੀ ਹੋਈ ਧਰਤੀ, ਅੱਜ ਜਦੋਂ ਸਿੱਖ ਕਬਰ 'ਤੇ ਮੱਥਾ ਟੇਕਦਾ ਹੈ, ਕੁਦਰਤ ਰੋਂਦੀ ਨਾ ਹੋਊਗੀ? ਬੋਲੋ ਜੀ, ਮੈਂ ਕੀ ਕਿਹਾ ਭਲਾ? ਇੱਕ ਵਾਰ ਸ਼ਬਦ ਮੂੰਹ 'ਚੋਂ ਬੋਲੋ ਜੋ ਮੈਂ ਬੋਲਿਆ, ਵੀ ਕੁਦਰਤ ਜਦੋਂ ਤੁਸੀਂ ਕਿਸੇ ਪੰਡਿਤ ਨੂੰ ਹੱਥ ਵਿਖਾਉਂਦੇ ਹੋ, ਕਿਸੇ ਮੁੱਲਾਂ ਦੇ ਉੱਤੇ ਜਾ ਕੇ ਧਾਗੇ ਬਣਾਉਂਦੇ ਹੋ ਹੱਥਾਂ ਨੂੰ, ਕੁਦਰਤ ਰੋਂਦੀ ਹੋਊਗੀ? ਮੈਂ ਤਾਂ ਇੰਨੇ ਜਾਮੇ ਆਣ ਕੇ ਇਹਦੇ ਲਈ ਦੁਕਾਨਾਂ ਖੋਲ੍ਹੀਆਂ, ਭੰਡਾਰ ਖੋਲ੍ਹੇ, ਇਹ ਬਦਕਿਸਮਤ ਫਿਰ ਮੜੀਆਂ ਦੇ ਉੱਤੇ ਮੱਥਾ ਟੇਕਦਾ ਵਾ, ਅਤੇ ਟੇਕਦੇ ਵੀ ਸਿੱਖ, ਉਹ ਵੀ ਜਿਹੜੇ ਬਾਬੇ ਨਾਨਕ ਦੇ ਨੇ, ਜਿਨ੍ਹਾਂ ਨੂੰ ਆਵਾਜ਼ ਦਿੱਤੀ ਸੀ ਆਵੋ ਸਿੱਖ, ਮੌਲੀਆਂ ਪਵਾਓ। ਇੱਕ ਵਾਰ ਮੈਨੂੰ ਦੱਸੋ, ਲੱਕ ਸਿੱਧਾ ਰੱਖੋ, ਸਮਾਪਤੀ ਕਰਨ, ਇਤਨਾ ਬੈਠੋ, ਇੱਕ ਵਾਰ ਮੈਨੂੰ ਦੱਸੋ ਵੀ ਮੈਸੇਜ ਵਿੱਚ ਕੀ ਕਿਹਾ ਸੀ? ਵੀ ਮੌਲੀਆਂ ਬੰਨੋ, ਪੱਥਰ ਦੀਆਂ ਮੁੰਦਰੀਆਂ ਪਾਓ। ਤੁਹਾਡੇ ਸਾਹਮਣੇ ਜਿਹੜਾ ਸਿੱਖੀ ਦਾ ਮਜ਼ਾਕ ਉੱਡ ਰਿਹਾ ਨਾ, ਅਤੇ ਜ਼ਿੰਮੇਵਾਰ ਬੰਦੇ ਉਡਾ ਰਹੇ ਆ, ਤੁਸੀਂ ਇਹ ਨਾ ਕਹਿਣਾ ਇਹਨਾਂ ਨੂੰ ਸਜ਼ਾ ਨਹੀਂ ਮਿਲਣੀ, ਤੁਹਾਡੇ ਸਾਹਮਣੇ ਮਿਲਣੀ, ਤੁਹਾਡੇ ਸਾਹਮਣੇ ਮਿਲਣੀ। ਇਹ ਹਾਜ਼ਰ ਨਾਜ਼ਰ ਆ ਮੇਰਾ ਸਤਿਗੁਰੂ, ਪਿਆਲਾ ਭਰਦਾ ਰਹਿੰਦਾ, ਪਿਆਲਾ ਭਰਦਾ ਰਹਿੰਦਾ, ਪਿਆਲਾ ਭਰਦਾ ਰਹਿੰਦਾ, ਜਦੋਂ ਬਿਲਕੁਲ ਨੱਕੋ ਨੱਕ ਭਰ ਜਾਏ ਫਿਰ ਕੁਦਰਤ ਉਹਨੂੰ ਉਲਟਾ ਕਰ ਦਿੰਦੀ। ਇਹਨਾਂ ਦੇ ਪਾਪ ਦਾ ਪਿਆਲਾ ਭਰਜਣਾ ਹੈ, ਜਿਨ੍ਹਾਂ ਵੱਲ ਵੇਖ ਕੇ ਸਾਡੇ ਬੱਚੇ ਟੁੱਟ ਰਹੇ ਨੇ ਨਾ ਸਿੱਖੀ ਤੋਂ, ਆਖੋ ਵਾਹਿਗੁਰੂ। ਜੋੜਨ ਜਿੰਨਾ ਧਰਮ ਕੋਈ ਨਹੀਂ, ਅਤੇ ਤੋੜਨ ਜਿੱਡਾ ਪਾਪ ਕੋਈ ਨਹੀਂ, ਮਗਰ ਇਹਨਾਂ ਵੱਲ ਵੇਖ ਕੇ ਅੱਜ ਬੱਚੇ ਕਹੀ ਜਾਂਦੇ ਨੇ ਅਸੀਂ ਸਿੱਖ ਬਣ ਕੇ ਕੀ ਲੈਣਾ, ਵੇਖੋ ਜੀ ਫਲਾਣਾ ਵੀ ਆਹ ਕਰਦਾ, ਫਲਾਣਾ ਵੀ ਆਹ ਕਰਦਾ। ਗੁਰੂ ਕੇ ਸਿੱਖਾਂ, ਮੈਂ ਇੱਕ ਆਪ ਜੀ ਨੂੰ ਬੇਨਤੀ ਕਰਾਂ,
ਜੇ ਵੇਖਣਾ ਹੀ ਨਾ ਤੇ ਭਾਈ ਤਾਰੂ ਸਿੰਘ ਵੱਲ ਵੇਖੀ, ਇਹਨਾਂ ਕੱਚਿਆਂ ਪਿੱਲਿਆਂ ਵੱਲ ਨਾ ਵੇਖੀ, ਜੇ ਵੇਖਣਾ ਹੈ ਨਾ ਅੱਖਾਂ ਚੁੱਕ ਕੇ ਵੀ ਕਿਹਨੂੰ ਵੇਖੀਏ ਤੇ ਭਾਈ ਮਨੀ ਸਿੰਘ ਸਾਹਿਬ ਨੂੰ ਵੇਖੀ, ਭਾਈ ਸ਼ਾਬਾਗ ਸਿੰਘ ਤੇ ਸ਼ਵੇਕ ਸਿੰਘ ਨੂੰ ਵੇਖਣਾ, ਇਹਨਾਂ ਦੀਆਂ ਕੁਰਬਾਨੀਆਂ ਵੇਖਣੀਆਂ, ਤੇਰੇ ਅੰਦਰ ਸਿੱਖੀ ਲਈ ਜਜ਼ਬਾ ਪੈਦਾ ਹੋ। ਸਭ ਕੁਛ ਤਿਸਕਾ ਉਹ ਕਰਨੇ ਯੋਗ, ਤਿਸ ਬਿਨ ਦੂਸਰ ਹੋਆ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਨਾ ਧਾਗਿਆਂ ਤਵੀਤਾਂ ਵੱਲ ਫਿਰੀ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਸ਼ਾ ਮੈਂ, ਕਾਹੂ ਪਛਾਂ ਕੋ ਸੀਸਨ ਆਇਓ, ਕਹੂ ਬੁਤਾਨ ਕੋ ਪੂਜਤ ਹੈ ਪਸ, ਕਹੂ ਮਿਰਤਾਨ ਕੋ ਪੂਜਨ ਧਾਇਓ, ਪੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ। ਕੂਰ ਦੀਆਂ ਕਿਰਿਆਵਾਂ ਚੋਂ ਬਾਹਰ ਆਣ ਕੇ ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਇਹ ਕਰਨੀ। ਫਿਰ ਅੱਗੇ ਜਾ ਕੇ ਮੇਰੇ ਬਾਲਾ ਪ੍ਰੀਤਮ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਵਡਿਆਈ ਕਰਦੇ ਹਾਂ, ਜਿਨ੍ਹਾਂ ਨੂੰ ਜਿੰਦਾ ਨੂੰ ਇਸ ਮੇਰੇ ਗੁਰੂ ਨੇ ਨਾਮ ਦੇ ਤਾ, ਕਰ ਕਿਰਪਾ ਜਿਸ ਕੋ ਨਾਮ ਦੀਆ। ਬੋਲੋ ਨਾ, ਇੱਥੇ ਥੋੜ੍ਹਾ ਜਿਹਾ ਫਰਕ ਪੈਣਾ ਜੇ ਬਰੀਕੀ ਨਾਲ ਪੜਿਓ, ਆਖੋ ਵਾਹਿਗੁਰੂ, ਇੱਧਰ ਧਿਆਨ ਦਿਓ, ਬਰੀਕੀ ਨਾਲ ਪੜਿਓ। ਲੋਕਾਂ ਨੇ ਨਾਮ ਲਏ ਨੇ ਮਗਰ ਉਹਨਾਂ ਦੇ ਗੁਰੂ ਨਿਰਮਲ ਨਹੀਂ ਪਤਾ ਲੱਗਦਾ। 16-16 ਕੇਸ ਗੁਰੂਆਂ 'ਤੇ ਚੱਲ ਰਹੇ, ਅਖਬਾਰਾਂ ਵਟਸਐਪ ਦੇ ਵਿੱਚ ਰੋਜ਼ ਰੋਜ਼ ਦੀਆਂ ਫੇਸਬੁੱਕਾਂ ਭਰੀਆਂ, ਫਲਾਣੇ ਬਾਬੇ ਨੇ ਫਲਾਣੇ ਗੁਰੂ ਨੇ ਆ ਕਰਤੂਤ ਕਰਤੀ। ਸਿੱਖਾ ਅੱਜ ਤੱਕ ਕਦੋਂ ਤੋਂ ਮੇਰੇ ਸਤਿਗੁਰੂ ਗਰੀਬ ਨਿਵਾਜ ਦਾ ਪ੍ਰਕਾਸ਼ ਇੱਥੇ ਹੋਇਆ, 10 ਜਾਮੇ ਗੁਰੂ ਸਰੀਰ ਵਿੱਚ ਰਹਿ ਗਿਆ, ਕੋਈ ਦੋਸ਼ ਲੱਗਾ? ਉੱਚੀ ਵਾਰ ਬੋਲੋ। ਤੇ ਫਿਰ ਐਸੇ ਗੁਰੂ ਵੱਲ ਆਓ, ਐਸੇ ਗੁਰ ਕੋ ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਤਾਂ ਹੋਇਆ ਕਿਉਂਕਿ ਗੁਰੂ ਨਿਰਮਲ ਦਾ ਨਾਮ ਲਿਆ ਸੀ, ਗੁਰੂ ਪਵਿੱਤਰ ਦਾ ਨਾਮ। ਕਲੰਕੰਗ ਬਿਨਾ ਨੇ ਕਲੰਕੀ ਸਰੂਪੇ, ਕਲੰਕ ਤੋਂ ਬਿਨਾਂ ਨੇ ਕਲੰਕ ਬੈਠਾ। ਕੋਈ ਦੁਨੀਆਂ ਦੀ ਤਾਕਤ ਦੱਸੇ, ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਕਿਸੇ ਕੋਲੋਂ ਪੈਸੇ ਖਾਧੇ ਆ, ਕਿਸੇ ਦੀ ਜ਼ਮੀਨ ਹੜੱਪ ਲਈ ਮੇਰੇ ਗੁਰੂ ਨੇ, ਕਸੀ ਕਿਸੇ ਦੀ ਧੀ ਭੈਣ ਦੀ ਬੇਪਤੀ ਕੀਤੀ ਹੋਵੇ, ਸਗੋਂ ਇੱਜ਼ਤਾਂ ਢੱਕਦਾ ਹੈ, ਲੋਕਾਂ ਨੂੰ ਸਮਝਾਉਂਦਾ ਹੈ, ਦੁਨੀਆਂ ਦੇ ਲੋਕੋ ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ। ਅੱਗੋਂ ਕਹਿੰਦਾ ਪਰ ਤਿਰਿਆ ਰੂਪ ਨਾ ਵੇਖੇ ਨੇਤਰ, ਸਾਧ ਕੀ ਟਹਿਲ ਸੰਤ ਸੰਗ। ਸਗੋਂ ਮੇਰਾ ਗੁਰੂ ਸਮਝਾਉਂਦਾ ਹੈ, ਕਰਨ ਨਾ ਸੁਣੇ ਕਾਊ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ। ਐਸੇ ਸਮਝਾਉਣ ਵਾਲੇ ਗੁਰੂ ਦਾ ਗੁਰਵੱਡ ਭਾਗੀ ਪਾਇਆ, ਐਸਾ ਗੁਰਵੱਡ ਭਾਗੀ ਪਾਇਆ, ਗੁਰ ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਇੰਨਾ ਕਹਿ ਕੇ ਸਮਾਪਤੀ ਕਰਦਾ। ਕੋਈ ਹਨੇਰੇ ਤੋਂ ਡਰ ਗਿਆ? ਕਾਹਤੋਂ ਜੀ, ਬੋਲਣਾ ਕਾਹਤੋਂ? ਤੇ ਜਿਹੜਾ ਹਨੇਰੇ ਤੋਂ ਡਰਿਆ ਉਹਨੇ ਆਖਿਆ ਮੈਨੂੰ ਹਨੇਰੇ ਤੋਂ ਡਰ ਆਉਂਦਾ ਹੈ, ਤੇ ਕਹਿਣ ਵਾਲੇ ਨੇ ਅੱਗੋਂ ਆਖਿਆ ਬਹੁਤਾ ਡਰਨ ਦੀ ਜ਼ਰੂਰਤ ਨਹੀਂ, ਹਨੇਰੇ ਦੀ ਕੋਈ ਐਡੀ ਵੱਡੀ ਪਾਵਰ ਨਹੀਂ ਹੁੰਦੀ। ਜੇ ਅੱਜ ਹਨੇਰਾ ਛਾ ਗਿਆ ਨਾ ਕੌਮ ਦੇ ਵਿੱਚ, ਛਾਇਆ ਕਿ ਨਹੀਂ, ਬੋਲੋ ਨਾ। ਤੁਸੀਂ ਬੋਲਦੇ ਹੋ ਜੀ ਪ੍ਰਬੰਧਕ ਜਨ, ਕੌਮ ਦੇ ਵਿੱਚ 4 ਚੁਫੇਰੇ ਹਨੇਰਾ ਹੀ ਹਨੇਰਾ ਛਾਇਆ ਨਾ। ਜਿੱਦਣ ਧਰਮ ਦੇ ਆਗੂ ਭ੍ਰਸ਼ਟ ਹੁੰਦੇ ਆ ਨਾ, ਧਰਮ ਦੀ ਬੜੀ ਲੀਰੋ ਲੀਰ ਹਾਲਤ ਹੁੰਦੀ। ਜਿੱਦਣ ਧਰਮ ਦੇ ਨੇਤਾ ਵਿਕਦੇ ਨੇ, ਮੁਖੀ ਵਿਕਦੇ ਨੇ, ਉਦਣ ਧਰਮ ਦੀ ਹਾਲਤ ਬੜੀ ਤਰਸਯੋਗ ਹੋ ਜਾਂਦੀ। ਮਗਰ ਇੱਕ ਗੱਲ ਕਹਿ ਕੇ ਸਮਾਪਤੀ ਕਰਾਂ, ਹਨੇਰੇ ਕੋਲੋਂ ਡਰਨਾ ਨਹੀਂ ਗਾ। ਹਨੇਰਾ ਜਦੋਂ ਪੈਣ ਲੱਗਦਾ ਹੈ ਨਾ, ਪੈਣ ਲੱਗਦਾ ਹੈ ਤੇ ਸੂਰਜ ਛੁਪੜੇ ਨੂੰ ਕਿੰਨਾ ਚਿਰ ਹੋਇਆ ਹੁੰਦਾ ਹੈ, ਤੇ ਹਨੇਰਾ ਪਸਰਦਾ 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 ਆਪਣੇ ਪੈਰ ਜਮਾਉਂਦਾ, ਪਤਾ ਲੱਗਾ ਜੀ, ਫਿਰ ਆਸਤੇ ਆਸਤੇ ਆਪਣੇ ਪੈਰ ਜਮਾਉਂਦਾ ਹੈ ਹਨੇਰਾ। ਮਗਰ ਜਦੋਂ ਪ੍ਰਕਾਸ਼ ਆਉਂਦਾ ਹੈ ਉਹਨੂੰ ਕਈ ਚਿਰ ਨਹੀਂ ਲੱਗਦੇ, ਪਹਿਲੀ ਕਿਰਨ ਹਨੇਰੇ ਨੂੰ ਪਾੜ ਕੇ ਰੱਖ ਦਿੰਦੀ ਹੈ। ਇਹ ਪ੍ਰਕਾਸ਼ ਹੋਊਗਾ ਕਿਉਂਕਿ ਮੇਰਾ ਗੁਰੂ ਪ੍ਰਕਾਸ਼ਮਾਨ ਬੈਠਾ ਹੈ। ਇਸ ਕੌਮ 'ਚ ਕਦੀ ਹਨੇਰਾ ਨਹੀਂ ਆ ਸਕਦਾ। ਜਿੱਦਣ ਤੁਸੀਂ ਬਾਣੀ ਵੱਲ ਨੂੰ ਮੂੰਹ ਕਰ ਲਓਗੇ, ਗੁਰਬਾਣੀ ਇਸ ਜੱਗ ਮੈਂ ਚਾਨਣੀ ਚਾਨਣ ਹੋ ਜਾਊਗਾ, ਭੁੱਲਾਂ ਨਾ ਚਿਤਾਰਨੀਆਂ। ਕੱਲ੍ਹ ਫਿਰ ਆਇਓ, ਗੁਰੂ ਦੀ ਮਹਿਮਾ ਕਰਾਂਗੇ। ਦੋ ਦੀਵਾਨ ਗਰੀਬ ਨਿਵਾਜ ਪਾਤਸ਼ਾਹ ਦੀ ਕਿਰਪਾ ਨਾਲ ਆਪ ਜੀ ਦੇ ਜੋੜੇ ਝਾੜਨ ਨੂੰ ਕੁਦਰਤ ਨੇ ਬਖਸ਼ੇ ਨੇ। ਸਮੇਂ ਸਿਰ ਆਓ, ਮੇਰੇ ਸਤਿਗੁਰੂ ਦੀਆਂ ਹਰ ਕੀਆਂ ਕਥਾ ਕਹਾਣੀਆਂ ਸਰਵਣ ਕਰੋ। ਸਤਿਗੁਰੂ ਸਾਰਿਆਂ ਦੇ ਘਰ ਨਿਤਨੇਮ ਦੀ ਦਾਤ ਬਖਸ਼ੇ, ਉੱਚਾ ਸੁੱਚਾ ਜੀਵਨ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
ਰਾਮ ਕਲੀ ਮਹਿਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇ